ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸ੍ਰੀ ਅੰਗਦ ਸੁਣੀਏ ਕਹਿ ਬਾਲਾ ਸ੍ਰੀ ਸਤਿਗੁਰ ਕੀ ਕਥਾ ਰਸਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸੋ ਸੀਮਿਤ ਸਮੇਂ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਜੀਵਨ ਦੇ ਵਿੱਚੋਂ ਕਥਾ ਵਿਚਾਰ ਸਰਵਣ ਕਰਨ ਵਾਸਤੇ ਸਾਨੂੰ ਸਮਾਂ ਹਫ਼ਤਾਵਾਰੀ ਮਿਲਦਾ। ਚਿੰਤ ਚਿੰਤ ਸਗਲੀ ਗਈ ਪ੍ਰਭ ਨਾਨਕ 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 ਮਈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਭਗਤੀ ਦੇ ਇਸ ਅਥਾਹ ਸਾਗਰ ਵਿੱਚ ਆਓ, ਲਗਾਈਏ ਚੁਬਕੀਆਂ, ਮਨ ਬਿਰਤੀਆਂ ਨੂੰ ਇਕਾਗਰ ਕਰੋ, ਖਿਆਲਾਂ ਨੂੰ ਅੰਤਰਮੁਖ ਕਰੋ, ਬਖਸ਼ੋ ਸੀਸ ਅਤੇ ਪ੍ਰੇਮ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਬਾਲਾ ਸੁੰਦਰ ਵਾਚ। ਸਤਿਕਾਰਯੋਗ ਖਾਲਸਾ ਜੀ, ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਵਿਖੇ ਸੁਭਾਇਮਾਨ ਹਨ। ਮਹਾਂਪੁਰਸ਼ ਭਾਈ ਬਾਲਾ ਜੀ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਜ਼ੂਰ ਸਤਿਗੁਰੂ ਨਾਨਕ ਦੇਵ ਜੀ ਦੀ ਕਥਾ ਵਾਰਤਾ ਸਰਵਣ ਕਰਵਾ ਰਹੇ ਆ। ਸੰਗਤ ਵਿੱਚ ਬਾਬਾ ਬੁੱਢਾ ਸਾਹਿਬ ਜੀ, ਭਾਈ ਧਿੰਗਾ ਨਾਈ, ਭਾਈ ਜੀਵਾ, ਮਹਾਨ ਗੁਰਸਿੱਖ ਸਰੋਤੇ ਬਣ ਕੇ ਸਰਵਣ ਕਰ ਰਹੇ ਆ। ਪਿਛਲੀ ਵਾਰਤਾ ਦੇ ਵਿੱਚ ਆਪ ਜੀ ਨੇ ਪਹਿਲੇ ਪਾਤਸ਼ਾਹ ਜੀ ਦਾ ਸਲੋਕ ਸਲੋਕ ਮਹੱਲਾ ਪਹਿਲਾ, ਵੈਦ ਬੁਲਾਇਆ ਵੈਦ ਕੀ ਪਕੜ ਢੋਲੇ ਬਾਹ, ਭੋਲਾ ਵੈਦ ਨਾ ਜਾਣੇ ਕਰ ਕਰੇਜੇ ਮਾਹੇ, ਇਹ ਪਾਵਨ ਸਲੋਕ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਉਪਰਾਮ ਰਹਿੰਦੇ, ਉਦਾਸ ਰਹਿੰਦੇ, ਕਿਸੇ ਨਾਲ ਬੋਲਦੇ ਨਹੀਂ, ਵਾਰਤਾਲਾਪ ਨਹੀਂ ਕਰਦੇ, ਔਰ ਮਾਤਾ ਪਿਤਾ ਦੀ ਚਿੰਤਾ ਕਰਨ 'ਤੇ ਵੈਦ ਸੱਦਿਆ, ਡਾਕਟਰ ਸੱਦਿਆ ਕਿ ਵੇਖੀਏ ਤਾਂ ਸਹੀ ਕੋਈ ਬਿਮਾਰੀ ਨਾ ਲੱਗ ਗਈ ਹੋਵੇ, ਖੌਰੇ ਪੇਟ ਦੀ ਬਿਮਾਰੀ, ਖੌਰੇ ਮਨ ਦੀ ਬਿਮਾਰੀ, ਕਿਹੜਾ ਰੋਗ ਇਹਨਾਂ ਨੂੰ ਚਿੰਬੜ ਗਿਆ। ਅਤੇ ਹਜ਼ੂਰ ਨੂੰ ਵੈਦ ਇਲਾਜ ਵਾਸਤੇ ਆਇਆ ਅਤੇ ਹਜ਼ੂਰ ਨੇ ਉਸ ਦੇ ਹੀ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖਰਾਸ, ਐਸੇ ਸਤਿਗੁਰੂ ਜੀ ਨੇ ਉਹਦੇ ਅੰਦਰ ਹਉਮੈ ਦਾ ਦੀਰਘ ਰੋਗ ਉਹਦਾ ਨਾਸ਼ ਕਰਕੇ ਅਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਹੁਣ ਅੱਗੇ ਦੀ ਵਾਰਤਾ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਸੁਣੀਏ। ਭਾਈ ਬਾਲਾ ਜੀ ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾ ਰਹੇ ਆ, ਆਓ ਪ੍ਰੇਮ ਨਾਲ ਸੁਣੀਏ ਜੀ। ਸ੍ਰੀ ਅੰਗਦ ਸੁਣੀਏ ਕਹਿ ਬਾਲਾ। ਹੇ ਤ੍ਰੇਹਣ ਵੰਸ਼ੀ ਨਿਰੰਕਾਰ ਸਰੂਪ ਗੁਰੂ ਨਾਨਕ ਅਵਤਾਰੀ ਬਾਬਾ ਫੇਰੂ ਮੱਲ ਸਾਹਿਬ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਬਖਸ਼ਿਸ਼ ਕਰ ਰਹੇ ਹੋ ਅਤੇ ਆਪ ਜੀ ਦੇ ਹਜ਼ੂਰ ਇਹ ਕਥਾ ਸਰਵਣ ਕਰਵਾ ਰਹੇ ਹਨ। ਭਾਈ ਬਾਲਾ ਜੀ ਸ੍ਰੀ ਸਤਿਗੁਰ ਕੀ ਕਥਾ ਰਸਾਲਾ, ਰਸ ਵਿੱਚ ਭਿੱਜੀ ਹੋਈ ਕਥਾ ਆਪ ਸਰਵਣ ਕਰੋ ਸਤਿਗੁਰੂ ਜੀ। ਕੋ ਇੱਕ ਦਿਨ ਪਰ ਰਹੇ ਨਕੇਤੋ। ਇਸ ਤਰ੍ਹਾਂ ਮਹਾਰਾਜ ਜੀ ਵੈਦ ਦੇ ਜਾਣ ਤੋਂ ਮਗਰੋਂ ਵੀ ਕਈ ਦਿਨਾਂ ਤੱਕ ਘਰ ਮਹਾਰਾਜ ਪਏ ਰਹਿੰਦੇ ਆ। ਮਹਾਰਾਜ ਜੀ ਮੰਜੇ ਤੇ ਆਸਣ ਲਾਉਂਦੇ ਹਨ। ਵਿਚਰੈ ਨਹਿ ਬੇਦੀ ਕੁਲ ਕੇਤੋ। ਬੇਦੀਆਂ ਦੇ ਕੁਲ ਦੇ ਦੀਪਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਯਾਦ ਰਵੇ ਹਜ਼ੂਰ ਦੀ ਉਮਰ ਇੱਥੇ ਕਿਸ਼ੋਰ ਅਵਸਥਾ ਦੇ ਵਿੱਚ ਭਾਵ 11 ਤੋਂ 15, ਵਿਦਵਾਨਾਂ ਦੇ ਦੱਸਣ ਅਨੁਸਾਰ ਹਜ਼ੂਰ ਦੀ ਉਮਰ ਕੋਈ 11-12 ਸਾਲ ਦੀ ਹੈ ਅਤੇ ਮਹਾਰਾਜ ਕਿਤੇ ਵਿਚਰਦੇ ਨਹੀਂ। ਕਬਹਿ ਕਰਹਿ ਕਾਲੂ ਪਰ ਤੀਤੋ। ਅਤੇ ਕਦੇ ਕਾਲੂ ਜੀ ਬੜਾ ਪ੍ਰੇਮ ਵੀ ਕਰਦੇ ਆਪਣੇ ਬੱਚੇ ਦੇ ਨਾਲ ਅਤੇ ਉਹਨਾਂ ਨੂੰ ਆ ਕਰਕੇ ਕਹਿੰਦੇ ਹਨ। ਬਚਨ ਸੁਣਤ ਬਿਸਮੈ ਹੋਏ ਚੀਤੋ। ਅਤੇ ਲੋਕਾਂ ਦੀਆਂ ਗੱਲਾਂ ਸੁਣਦੇ ਆ ਕਿ ਕਦੇ ਹਰਦਿਆਲ ਪੁਰੋਹਿਤ ਕਹਿੰਦਾ ਸੀ ਅਤੇ ਕਦੇ ਇਹਨਾਂ ਦੇ ਪੜ੍ਹਾਉਣ ਵਾਲੇ ਗੋਪਾਲ ਪਾਂਧਾ ਜੀ ਇਹਨਾਂ ਬਾਰੇ ਦੱਸਦੇ ਸੀ, ਕਦੇ ਜਿਹੜਾ ਮੁੱਲਾ ਫਾਰਸੀ ਪੜ੍ਹਾਉਂਦਾ ਸੀ ਉਹਨੇ ਵੀ ਮਹਿਮਾ ਗਾਇਨ ਕੀਤੀ, ਅਤੇ ਹੁਣ ਜਿਹੜਾ ਪਿੰਡ ਦਾ ਵੈਦ ਸੀ ਹਰਦਾਸ ਹੁਲਾਸੀ ਉਹਨੇ ਵੀ ਇਹਨਾਂ ਦੀ ਮਹਿਮਾ ਕੀਤੀ ਆ, ਕੁਝ ਤਾਂ ਗੱਲ ਹੋਊਗੀ ਮੇਰੇ ਬੱਚੇ ਵਿੱਚ, ਕਦੇ ਕਦੇ ਤਾਂ ਪ੍ਰਤੀਤ ਭਰੋਸਾ ਕਰਦਾ ਬਾਬਾ ਕਾਲੂ। ਬਹੁਰ ਦੇ ਮਾਇਆ ਪਰਮਾਈ। ਪਰ ਜੇ ਮਹਾਰਾਜ ਜੀ ਚਾਹੁਣ ਸਾਧ ਸੰਗਤ ਜੀ, ਜੇ ਮਹਾਰਾਜ ਜੀ ਆਪਣਾ ਰੂਪ ਛੁਪਾ ਕਰਕੇ ਰੱਖਣਾ ਚਾਹੁਣ ਤੇ ਮਹਾਰਾਜ ਬਾਬੇ ਕਾਲੂ ਦੇ ਮਨ ਦੇ ਵਿੱਚ ਮਾਇਆ ਦਾ ਭਰਮ ਫੇਰ ਪਾ ਦਿੰਦੇ ਹਨ। ਹਿਰਦੈ ਕੁਤਰਕ ਅਨੇਕ ਉਠਾਈ। ਤੇ ਉਸ ਭਾਣੇ ਦੇ ਅਨੁਸਾਰ ਬਾਬੇ ਕਾਲੂ ਦੇ ਹਿਰਦੇ ਵਿੱਚ ਬੜੀਆਂ ਤਰਕਾਂ ਉੱਠਦੀਆਂ।
ਬਚਨ ਕਹਿਣ ਮੈਂ ਇਹ ਗੁਣਸ਼ਾਲੀ। ਦੇਖੋ ਕਹਿਣ ਨੂੰ ਤੇ ਸਾਰੇ ਕਹਿੰਦੇ ਕਿ ਮੇਰਾ ਪੁੱਤਰ ਗੁਣਾਂ ਦਾ ਖਜ਼ਾਨਾ ਬੜਾ ਚੰਗਾ ਹੈ। ਤਨ ਖੱਟਣੇ ਕੀ ਜਾਨ ਨਾ ਚਾਲੀ। ਪਰ ਤ੍ਰਾਸਦੀ ਦੀ ਗੱਲ ਆ, ਪੈਸਾ ਤੇ ਕੋਈ ਕਮਾ ਕੇ ਨਹੀਂ ਲਿਆਉਂਦਾ। ਸੁਣ ਸੁਣ ਬਚਨ ਨਰ ਕਰੇ ਬੜਾਈ। ਮੈਂ ਸੁਣੇ ਆ, ਸੁਣੇ ਸੁਣਾਈ ਗੱਲ ਤੇ ਵਿਸ਼ਵਾਸ ਕਰਕੇ ਤੇ ਨਗਰ ਦੇ ਲੋਕ ਮੇਰੇ ਬੱਚੇ ਨਾਨਕ ਦੀਆਂ ਬੜਿਆਈਆਂ ਕਰਦੇ ਹਨ। ਤਨ ਹਾਨੀ ਇਹ ਭੇਦ ਨ ਪਾਈ। ਪਰ ਉਹਨਾਂ ਨੂੰ ਕੀ ਪਤਾ ਮੇਰੇ ਘਰ ਦਾ ਕਿੰਨਾ ਨੁਕਸਾਨ ਕਰਦਾ। ਕਦੇ ਖੇਤੀ ਕਰਨ ਨੂੰ ਭੇਜੀਏ ਤੇ ਖੇਤਾਂ ਦਾ ਨੁਕਸਾਨ ਕਰ ਦਿੰਦਾ, ਤੇ ਕਦੇ ਇਸ ਨੂੰ ਹੋਰ ਕੰਮ ਵਾਸਤੇ ਘੁਲਾਈਏ ਤੇ ਘਰ ਦੇ ਹੀ ਭਾਂਡੇ ਤੱਕ ਵੀ ਸੜਕਾਂ ਦੇ ਵਿੱਚ ਜਾ ਕਰਕੇ ਵੰਡ ਦਿੰਦਾ। ਹੁਣ ਰਿਤ ਪਰਵਿਰਤੀ ਹੈ ਮੰਤਾ। ਫਿਰ ਸਾਧ ਸੰਗਤ ਜੀ ਰੁੱਤ ਪ੍ਰਵਿਰਤ ਹੋ ਗਈ। ਪਿੱਛੇ ਤੁਸੀਂ ਜਿਹੜੀ ਕਥਾ ਸਰਵਣ ਕੀਤੀ, ਪਹਿਲੋਂ ਪਾਵਸ ਰੁੱਤ ਦੀ, ਫਿਰ ਸਰਦ ਰੁੱਤ ਦੀ, ਤੇ ਹੁਣ ਸਾਧ ਸੰਗਤ ਜੀ ਹਿਮਕਰ ਰੁੱਤ ਦੀ, ਭਾਵ ਜਿਹੜੇ ਇਹ ਪੋਹ ਮਾਘ ਦੇ ਮਹੀਨੇ ਬੜੇ ਠੰਡੇ ਹੁੰਦੇ ਆ, ਇਹਨਾਂ ਦੀ ਕਥਾ ਸ਼ੁਰੂ ਹੋਣ ਲੱਗੀ ਹੈ। ਤਹ ਮੈਂ ਸੁਣੋ ਜੋ ਪਾਵਰ ਤੰਤਾ। ਤੇ ਜਿਹੜੇ ਮਹਾਰਾਜ ਜੀ ਦੇ ਕੌਤਕ ਸਿਆਲ ਵਾਲੇ ਪੋਹ ਮਾਘ ਵਾਲੇ ਆ, ਉਹ ਵੀ ਪ੍ਰੇਮ ਨਾਲ ਸੁਣੋ। ਤਾਲਨ ਬਾਰਜ ਬਨੀ ਬਿਨਾਸ਼ੀ। ਸਰਦੀ ਤਾਂ ਇੱਦਾਂ ਦੀ ਉਹ ਚੜੀ ਸੀ ਕਿ ਜਿਹੜੇ ਤਲਵੰਡੀ ਗਾਂਵ ਦੇ ਜਿਹੜੇ ਨਨਕਾਣੇ ਸਾਹਿਬ ਦੇ ਤਲਾਸ ਸੀ, ਉਹਨਾਂ ਅੰਦਰ ਕਮਲਾਂ ਦੇ ਬਗੀਚੇ ਵੀ ਸੁੱਕ ਗਏ। ਜੋ ਕੋ ਸੰਗ ਨਾਸੈ ਜਸ ਰਸੀ। ਕਵੀ ਜੀ ਅਲੰਕਾਰ ਬਣਦੇ ਆ, ਕਮਲ ਏਦਾਂ ਨਾਸ਼ ਹੋਏ ਜਿੱਦਾਂ ਕਿਸੇ ਦੀ ਵਡਿਆਈ ਕੋ ਸੰਗਤ ਵਿੱਚ ਬੈਠ ਕਰਕੇ ਨਾਸ਼ ਹੁੰਦੀ ਹੈ। ਅਸ ਹਿਮੰਤਰਿਤ ਮਹਿ ਜਗ ਕੰਤਾ। ਇਸ ਸਰਦ ਰੁੱਤ ਪੋਹ ਮਾਘ ਮਹੀਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਕੀ ਕਰਦੇ ਹਨ। ਪਰੇ ਰਹਿ ਸੁਖਦਾਨੀ ਸੰਤਾ। ਸਭ ਸੰਤਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਲੰਮੇ ਪਏ ਰਹਿੰਦੇ ਆ। ਫਿਕਰ ਵਾਲੀ ਗੱਲ ਹੈ ਮਾਤਾ ਪਿਤਾ ਲਈ। ਕਿਸ ਸੋ ਮਿਲੇ ਨਾ ਬੋਲੇ ਬਾਨੀ। ਨਾ ਤੇ ਕਿਸੇ ਨਾਲ ਬੋਲਦੇ, ਨਾ ਕੋਈ ਗੱਲ ਬਾਤ ਸੁਣਾਉਂਦੇ ਹਨ। ਰਹਿ ਇਕਾਕੀ ਗੁਣ ਗਨ ਖਾਨੀ। ਇਕਾਂਤ ਵਿੱਚ ਹੀ ਆਪਣਾ ਸਮਾਂ ਬਤੀਤ ਕਰੀ ਜਾਂਦੇ। ਕਿੰਨੀ ਫਿਕਰ ਦੀ ਗੱਲ ਆ ਜੇ ਬੱਚਾ ਕੋਈ ਗੱਲ ਨਾ ਕਰੇ। ਅਸ ਬਿਦ ਸੋ ਜੁਗ ਮਾਸ ਬਿਤਾਏ। ਇਸ ਤਰ੍ਹਾਂ 2 ਮਹੀਨੇ ਹਜ਼ੂਰ ਨੇ ਇਸੇ ਢੰਗ ਨਾਲ ਬਤੀਤ ਕੀਤੇ। ਫਿਰ ਨ ਲੱਗੇ ਪੁਨ ਸਹਿਜ ਸੁਭਾਏ। ਫਿਰ ਸਮਾਂ ਤਬਦੀਲ ਹੋਇਆ, ਹਜ਼ੂਰ ਨੇ ਆਪਣਾ ਪਿਛਲਾ ਸੁਭਾਅ ਵਿਚਰਨ ਲੱਗ ਪਏ, ਤੁਰਨ ਫਿਰਨ ਲੱਗ ਪਏ ਨਗਰ ਦੇ ਵਿੱਚ। ਰੁਚ ਸੋ ਖਾਨ ਪਾਨ ਕੋ ਕਰਹੀ। ਤੇ ਆਪਣੇ ਭਾਣੇ ਆਪਣੀ ਮਰਜ਼ੀ ਅਨੁਸਾਰ ਖਾਣਾ ਪੀਣਾ ਵੀ ਚੰਗਾ ਖਾਣ ਲੱਗ ਪਏ। ਮਾਤ ਬਿਲੋਕ ਹਰਖ ਉਰ ਧਰਹੀ। ਤੇ ਮਾਤਾ ਤ੍ਰਿਪਤਾ ਫੁੱਲੇ ਨਾਲ ਸਮਾਉਂਦੇ ਬੜੇ ਖੁਸ਼ ਹੋ ਗਏ ਕਿ ਮੇਰਾ ਪੁੱਤਰ ਰਾਜੀ ਹੋ ਗਿਆ। ਜਾਣਤ ਪਈ ਅਨਾਮੰਗ ਤਨ ਕੋ। ਸੋਚਦੀ ਕਿ ਮੇਰੇ ਪੁੱਤਰ ਅੰਦਰ ਜਿਹੜੀ ਵੀ ਬਿਮਾਰੀ ਸੀ ਵੈਦ ਨੂੰ ਤਾਂ ਲੱਭੀ ਨਹੀਂ, ਤੇ ਖੌਰੇ ਰੁੱਤ ਬਦਲਣ ਦੇ ਨਾਲ ਮੌਸਮੀ ਬਿਮਾਰੀ ਸੀ, ਹੁਣ ਮੇਰਾ ਪੁੱਤ ਠੀਕ ਹੋ ਗਿਆ। ਤਿੰਨੋ ਦਾਨ ਦਿਜਨ ਸਭ ਹਿਨ ਕੋ। ਤੇ ਖੁਸ਼ੀ ਬਜਾਈ ਮਾਤਾ ਤ੍ਰਿਪਤਾ ਨੇ ਬਾਹਮਣਾਂ ਨੂੰ ਸੱਦ ਕਰਕੇ ਤੇ ਚੰਗੇ ਉਹਨਾਂ ਨੂੰ ਕੱਪੜੇ ਪੁਸ਼ਾਕੇ ਤੇ ਭੋਜਨ ਆਦਿਕ ਦਾਨ ਕੀਤਾ। ਸੁੰਦਰ ਬਸਤਰ ਨਵੀਨ ਬਣਾਏ ਔਰ ਨਵੇਂ ਨਵੇਂ ਕੱਪੜੇ ਸਮਾਏ। ਸੁੱਤ ਕੋ ਯੁੱਧ ਦੁਲਾਰ ਪਹਿਰਾਏ। ਤੇ ਬੜੀ ਖੁਸ਼ੀ ਨਾਲ ਆਪਣੇ ਬੱਚੇ ਨਾਨਕ ਨੂੰ ਪਹਿਨਾਉਂਦੀ ਆ ਮਾਤਾ ਤ੍ਰਿਪਤਾ ਜੀ। ਬਦਨ ਸਦਨ ਛੱਬ ਪੁੰਨ ਪੁੰਨ ਦੇਖੀ। ਤੇ ਹਜ਼ੂਰ ਦਾ ਸੁੰਦਰ ਸਰੀਰ ਇੱਕ ਵਾਰੀ ਫੇਰ ਬੜੇ ਆਭਾ ਪ੍ਰਤਾਪ ਵਾਲਾ ਤਖੜਾ ਹੋ ਗਿਆ। ਵੱਡ ਭਾਗਨ ਲਖ ਆਪ ਵਿਸ਼ਖੀ। ਔਰ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੀ ਸਮਝਦੀ ਮਾਤਾ ਤ੍ਰਿਪਤਾ। ਯਾ ਤਿਨ ਕੀ ਪੰਗਤ ਜਗ ਮੂਲਾ। ਸਤਿਗੁਰੂ ਜਗਤ ਦੇ ਮੁੱਢ ਰਿਸ਼ਤੇਦਾਰਾਂ ਸ਼ਰੀਕੇ ਵਾਲਿਆਂ ਨਾਲ ਵੀ ਗੱਲਬਾਤ ਬਚਨ ਵਿਲਾਸ ਕਰਦੇ ਹਨ। ਵੈਸੈ ਪੇ ਕਾਲੂ ਅਨਕੂਲਾ। ਔਰ ਜਿੱਥੇ ਪਿਤਾ ਕਾਲੂ ਜੀ ਬਹਿੰਦੇ ਆ ਉਹਨਾਂ ਦੇ ਨਾਲ ਪਿਤਾ ਜੀ ਦੇ ਨਾਲ ਵੀ ਬਹਿ ਜਾਂਦੇ ਆ। ਲੋਕ ਕਰੀਤ ਮਿਲਣ ਪੁਨ ਬੋਲਣ। ਔਰ ਲੋਕਾਚਾਰੀ ਲੋਕਾਂ ਦੇ ਨਾਲ ਬੋਲਣਾ ਚਾਲਣਾ ਹਜ਼ੂਰ ਨੇ ਦੁਬਾਰਾ ਆਰੰਭ ਕਰ ਦਿੱਤਾ। ਰਹੀ ਸਭ ਬਿਦ ਪੁਰ ਮੈਂ ਡੋਲਣ। ਔਰ ਇਸ ਤਰ੍ਹਾਂ ਪੂਰੇ ਨਗਰ ਦਾ ਮਹਾਰਾਜ ਜੀ ਫੇਰੀ ਵੀ ਲਾਉਂਦੇ ਆ, ਜਗ ਕਲਿਆਣ ਵੀ ਕਰਦੇ ਹਨ। ਸੁੰਦਰ ਸੋਭਤ ਵੈਸ਼ ਕਿਸ਼ੋਰਾ। ਇਸ ਤਰ੍ਹਾਂ ਮਹਾਰਾਜ ਜੀ ਦੀ ਉਮਰ ਜਿਹੜੀ ਸੀ ਹੁਣ ਕਿਸ਼ੋਰ ਅਵਸਥਾ ਵਿੱਚ ਤਬਦੀਲ ਹੋ ਗਈ। ਬਚਪਨਾ ਲੰਘ ਗਿਆ, ਜਵਾਨੀ ਤੋਂ ਪਹਿਲੋਂ ਕਿਸ਼ੋਰ ਅਵਸਥਾ, 11 ਤੋਂ 15 ਸਾਲ ਦੀ ਆਯੂ ਮਹਾਰਾਜ ਜੀ ਦੀ ਚੱਲ ਰਹੀ ਹੈ। ਗਿਰਾ ਮਿਰਦੁਲ ਮਦਰੀ ਚਿਤ ਚੋਰਾ। ਇੱਦਾਂ ਦੀ ਹਜ਼ੂਰ ਦੀ ਮਿੱਠੀ ਬਾਣੀ, ਕਿਉਂਕਿ ਬਾਣੀ ਆਖਦੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਮਹਾਰਾਜ ਜੀ ਦੀ ਮਿੱਠੀ ਮਾਧੁਰੀ ਬਾਣੀ ਜਿਹੜੀ ਚਿੱਤ ਨੂੰ ਚੁਰਾਉਣ ਵਾਲੀ ਹੈ। ਨਿਜ ਇੱਛਾ ਬੇਦੀ ਕੁਲ ਕੇਤੂ। ਆਪਣੀ ਇੱਛਾ ਹੀ ਆ, ਮਹਾਰਾਜ ਜੀ ਦਾ ਹੁਕਮ ਹੀ ਹੈ।
ਵਿਚਰੈ ਕਿਰਤ ਨ ਕਰਤਨ ਕੇਤੂ। ਵਿਚਰਦੇ ਤੇ ਸਾਰੇ ਪਾਸੇ ਆ, ਪਰ ਕਿਰਤ ਵਿਰਤ ਨਹੀਂ ਕੋਈ ਕਰਦੇ, ਪੈਸਾ ਨਹੀਂ ਕਮਾ ਰਹੇ। ਐਸੇ ਕਿੰਚਿਤ ਕਾਲ ਬਿਤਾਏ, ਏਦਾਂ ਦੋ ਦਿਨ ਚਾਰ ਦਿਨ ਮਹੀਨਾ ਦਸ ਦਿਨ ਬਤੀਤ ਹੋਏ। ਜਗਤ ਉਧਾਰਨ ਹਿਤ ਜੋ ਆਏ, ਆਏ ਤੇ ਜਗਤ ਦੇ ਉਧਾਰ ਵਾਸਤੇ ਸੀ। ਮਹਾਰਾਜ ਜੀ ਨੇ ਕਿਹੜੀ ਦੁਕਾਨ ਚਲਾਉਣ ਵਾਸਤੇ ਸੰਸਾਰ ਤੇ ਰੂਪ ਧਾਰਿਆ। ਇੱਕ ਬਾਸਰ ਕਾਲੂ ਨਿਜ ਸਦਨਾ, ਇੱਕ ਦਿਨ ਦੀ ਗੱਲ ਆ, ਬਾਬਾ ਕਾਲੂ ਘਰ ਬੈਠਾ। ਬੈਸ ਬੁਲਾਏ ਬਾਰਜ ਬਦਨਾ, ਔਰ ਕਮਲ ਸ਼ਰੀਕੇ ਵਧਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਾਬੇ ਕਾਲੂ ਨੇ ਕੋਲ ਸੱਦਿਆ। ਪੁੱਤਰ ਦਰਬ ਕਮਾਵਨ ਸਿੱਖਵਨ ਹੇਤੂ, ਤੇ ਮਨ ਵਿੱਚ ਠਾਣਿਆ ਕਿ ਮੈਂ ਇਹਨੂੰ ਪੈਸੇ ਕਮਾਉਣ ਦੀ ਕੋਈ ਸਿੱਖਿਆ ਦੇਵਾਂ ਚੰਗੀ। ਨਿਕਟ ਬੈਸਾਇਓ ਕਿਰਪਾ ਨਕੇਤੂ, ਐਨ ਕੋਲ ਬਿਠਾ ਲਿਆ ਆਪਣੇ ਪੁੱਤਰ ਨੂੰ। ਪ੍ਰੀਤ ਚਿੰਤ ਮਹਿ ਸਾਨੀ ਬਾਨੀ, ਤੇ ਬਾਬੇ ਕਾਲੂ ਦੇ ਜਿਹੜੇ ਅਗਲੇ ਸ਼ਬਦ ਆ, ਮਾਨੋ ਕਿ ਇੱਕ ਪ੍ਰੀਤ ਪ੍ਰੇਮ ਵਿੱਚ ਤੇ ਦੂਜੀ ਚਿੰਤਾ ਵਿੱਚ ਉਹਨਾਂ ਸਾਨੀ ਇਸ਼ਨਾਨ ਹੀ ਕੀਤਾ। ਭਾਵੇਂ ਪ੍ਰੀਤ ਵੀ ਸੀ ਪਰ ਮਨ 'ਚ ਚਿੰਤਾ ਵੀ ਸੀਗੀ। ਬੋਲਿਓ ਰੀਤ ਅਨੀਤ ਪਛਾਨੀ, ਔਰ ਬੋਲਣ ਲੱਗਾ ਤੇ ਮਨ ਵਿੱਚ ਸੋਚਦਾ ਹੁਣ ਮੈਂ ਕਿਵੇਂ ਆਪਣੇ ਪੁੱਤਰ ਨੂੰ ਸਮਝਾਵਾਂ ਕਿ ਇਹਦੇ ਕੰਮ ਚੰਗੇ ਨਹੀਂ ਹਨ। ਸੁਤ ਨਾਨਕ ਤੂੰ ਏਕ ਹਮਾਰੇ, ਪੁੱਤਰ ਨਾਨਕ ਤੂੰ ਸਾਡੇ ਇੱਕੋ ਹੀ ਆ, ਸਾਡੇ ਕਿਹੜੇ ਪੰਜ ਸੱਤ ਪੁੱਤਰ ਹਨ। ਨੈ ਦੂਸਰ ਜੋ ਕਾਜ ਸੰਭਾਰੇ, ਜੇ ਮੇਰੇ ਪੰਜ ਸੱਤ ਹੁੰਦੇ ਤੇ ਤੈਨੂੰ ਆਖਦੇ ਹੀ ਨਾ, ਤੂੰ ਇੱਕੋ ਹੀ ਆ, ਤੈਨੂੰ ਤੇ ਘਰ ਦਾ ਕੰਮ ਸਾਂਭਣਾ ਹੀ ਪਵੇਗਾ। ਤੁਮ ਨੈ ਤਜ ਦੀਨੋ ਅਸ ਰਿਤੂ, ਤੂੰ ਤੇ ਘਰ ਘਰ ਦੇ ਕੰਮਾਂ ਨੂੰ ਛੱਡ ਹੀ ਦਿੱਤਾ, ਕੀ ਗੱਲ ਹੈ। ਜਿਉਂ ਬੈਰਾਗ ਟਿਗ ਹੋਤ ਅਤੀਤੂ, ਤੂੰ ਤੇ ਸਾਧਾ ਵਾਂਗ ਦ੍ਰਿੜ ਬੈਰਾਗ ਧਾਰਨ ਕਰ ਲਿਆ। ਕਹੋ ਗ੍ਰਸਤ ਸਿਉਂ ਕਿਉਂ ਬਣਿਆ ਵੈ, ਦੇਖੋ ਤੇਰਾ ਗ੍ਰਸਤੀ ਜੀਵਨ ਵਿੱਚ ਕਿਵੇਂ ਪ੍ਰਵਿਰਤੀ ਹੋਵੇਗੀ। ਇਸ ਬਾਸਰ ਬਿਨ ਕਾਮ ਬਿਤਾਵੈ, ਤੂੰ ਦਿਨ ਤੇ ਰਾਤ ਬਿਨਾਂ ਕੰਮ ਦੇ ਬਤੀਤ ਕਰਦਾ, ਇੱਧਰ ਉੱਧਰ ਵਿਚਰਦਾ ਰਹਿੰਦਾ। ਮੁਝ ਜੀਵਤ ਜੇ ਲੇਤ ਸੰਭਾਰੀ, ਜੇ ਤੇ ਮੇਰੇ ਜਿਉਂਦਿਆਂ ਜੀ ਤੂੰ ਕੰਮ ਕਾਰ ਨੂੰ ਸੰਭਾਲ ਲਵੇ। ਹੋ ਜਾਨ ਤੋ ਸੁਤ ਹੈ ਸੁਖਕਾਰੀ, ਫੇਰ ਤੇ ਮੈਂ ਸਮਝੂੰਗਾ ਕਿ ਮੇਰੇ ਪੁੱਤਰ ਨੇ ਕੋਈ ਸੁਖ ਪਾਇਆ ਹੈ ਤੇ ਮੈਂ ਵੀ ਸੁਖੀ ਹੋਵਾਂਗਾ। ਤੁਝ ਜਨਮਤ ਮਨ ਭਾ ਪਰਵਾਸਾ, ਪੁੱਤਰ ਤੇਰੇ ਜਨਮਿਆਂ ਤੇ ਮੇਰੇ ਮਨ ਨੂੰ ਧੀਰਜ ਆਇਆ, ਪਰਵਾਸਾ ਹੋਇਆ। ਨਾਨਕ ਕਰਹਿ ਨਾਮ ਪ੍ਰਗਾਸਾ, ਇਹ ਪੁੱਤਰ ਨਾਨਕ ਮੇਰੇ ਕਾਲੂ ਦਾ ਨਾਮ ਦੁਨੀਆਂ ਵਿੱਚ ਉਜਾਗਰ ਕਰੇਗਾ। ਏਕ ਨ ਮਤ ਮਨ ਬੰਜ ਕਰਨ ਕੀ, ਪਰ ਮੈਂ ਦੇਖ ਪਟਵਾਰੀ ਇੰਨਾ ਚੰਗਾ ਬਿਜ਼ਨਸਮੈਨ ਅਮੀਰ ਬੰਦਾ ਤੇ ਤੇਰੀ ਮਤ ਪੈਸੇ ਵੱਲ ਤੁਰਦੀ ਨਹੀਂ ਹੈ। ਬਹੁਰ ਨ ਖਤਰੀ ਰੀਤ ਵਰਨ ਕੀ, ਤੂੰ ਬਾਕੀ ਸਾਡੇ ਖਤਰੀਆਂ ਦੀ ਕੁੱਲ ਵਾਲਿਆਂ ਨਾਲ ਤੇ ਰਲਦਾ ਹੀ ਨਹੀਂ ਹੈ। ਹਾਰਿਓ ਅਨਕ ਬਿਦਨ ਮਤ ਦੇਤੂ, ਪੁੱਤਰ ਮੈਂ ਤਾਂ ਤੈਨੂੰ ਮਤ ਦਿੰਦਿਆਂ ਥੱਕ ਗਿਆ ਹਾਂ। ਕਦੇ ਕਮਾਏ ਨਾ ਲਿਆਏ ਨ ਕੇਤੂ, ਕਦੇ ਤੇ ਕੁਛ ਕਮਾ ਕੇ ਲਿਆਉਂਦਾ ਨਹੀਂ, ਕਦੇ ਘਰ ਵਾਸਤੇ ਨੀ ਕੁਛ ਸੋਚਿਆ। ਜਨਕ ਬਚਨ ਤੂਸ਼ਨ ਕਰ ਸੁਨੀਆ, ਤੇ ਹਜੂਰ ਬਾਲ ਲੀਲਾ ਹੈ, ਹੁਣ ਕਿਸ਼ੋਰ ਅਵਸਥਾ ਵਿੱਚ ਤਬਦੀਲ ਹੋ ਗਏ ਪਰ ਸੁਭਾਅ ਨਹੀਂ ਬਦਲਿਆ, ਫਿਰ ਵੀ ਠੰਡੇ ਰਹੇ ਤੇ ਮਹਾਰਾਜ ਜੀ ਨੇ ਕੋਈ ਬਚਨ ਨਹੀਂ ਕੀਤਾ, ਅੱਗੋਂ ਚੁੱਪ ਹੀ ਠਾਣੀ ਰੱਖੀ ਹੈ। ਜੋ ਅਡੋਲ ਬੈਠੇ ਵੱਡ ਮੁਨੀਆ, ਜਿਵੇਂ ਕੋਈ ਵੱਡਾ ਸਾਧੂ ਸੰਤ ਮੁਨੀ ਜਨ ਤਪ ਕਰਨ ਨੂੰ ਸਾਧਨਾ ਕਰਨ ਨੂੰ ਅਭਿਆਸ ਵਿੱਚ ਬੈਠਾ ਹੋਵੇ, ਏਦਾਂ ਮਹਾਰਾਜ ਬੈਠੇ ਹਨ। ਬਹੁ ਬਿਦ ਕੀ ਕਹਿ ਗਿਰਾ ਕਠੋਰਾ, ਪਿਤਾ ਜੀ ਨੇ ਕੋਈ ਕਸਰ ਨਹੀਂ ਛੱਡੀ, ਪਿਤਾ ਕਾਲੂ ਜੀ ਕਠੋਰ ਤੋਂ ਕਠੋਰ ਬਚਨ ਅੱਗੇ ਕਰੀ ਜਾਂਦੇ ਹਨ। ਭੂਸ਼ਣ ਪਾ ਜਿਸ ਰੋਸ ਨਾ ਥੋਰਾ, ਹਜੂਰ ਚੁੱਪ ਨੇ ਮਨ ਵਿੱਚ ਥੋੜਾ ਜਿੰਨਾ ਵੀ ਪਿਤਾ ਦਾ ਗੁੱਸਾ ਨਹੀਂ ਕੀਤਾ, ਨਹੀਂ ਤੇ ਝਿੜਕ ਹੋਵੇ ਬੇਸ਼ੱਕ ਪਿਤਾ ਦੀ ਹੋਵੇ। ਤੇ ਦੇਖੋ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਸਾਹਿਬ ਜੀ ਕੁਛ ਆਖਦੇ ਵੀ ਨਹੀਂ ਸਨ ਤੇ ਮੋਹਰਿਓਂ ਕਿੰਨੇ ਬੋਲ ਕਬੋਲ ਕਰ ਜਾਂਦੇ ਸੀ। ਬਾਣੀ ਵਿੱਚ ਲਿਖਣਾ ਪਿਆ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ। ਪਰ ਇੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼ਾਂਤੀ ਦੇ ਸੋਮੇ ਕੁਛ ਨਹੀਂ ਬੋਲੇ। ਘਟਕਾ ਯੁਗਲ ਬਤੀਤੀ ਜਬ ਹੀ, ਜਦੋਂ 48 ਮਿੰਟ ਦੋ ਘੜੀਆਂ ਬਤੀਤ ਹੋਈਆਂ, ਤਪਤ ਰਿਦਾ ਸੀਤਲ ਪਾ ਤਬ ਹੀ, ਤੇ ਸਾਧ ਸਿੰਘ ਜਿਵੇਂ ਸਿਆਣੇ ਕਹਿੰਦੇ ਇੱਕ ਚੁੱਪ ਸੌ ਸੁੱਖ, ਤੇ ਅੱਗੇ ਜਦੋਂ ਦੋ ਘੜੀਆਂ ਮਹਾਰਾਜ ਕੁਛ ਬੋਲੇ ਨਹੀਂ ਤੇ ਪਿਤਾ ਕਾਲੂ ਜੀ ਦਾ ਵੀ ਗੁੱਸਾ ਠੰਡਾ ਹੋ ਗਿਆ। ਬਹੁਰੋ ਬੋਲੇ ਬੋਲ ਅਮੋਲਾ, ਫੇਰ ਬੜੇ ਅਮੋਲਕ ਪਿਆਰੇ ਕੋਮਲ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਬੋਲੇ। ਜਨ ਕਾਲੂ ਸੁੱਖ ਕੁਲਫ ਹੈ ਫੁੱਲਾ, ਤੇ ਜਿਵੇਂ ਬਾਬੇ ਕਾਲੂ ਦੇ ਹਿਰਦੇ ਦੇ ਵਿੱਚ ਸੁੱਖ ਨੂੰ ਜਿੰਦਰਾ ਲੱਗਾ ਸੀ,
ਚਿੰਤਾ ਵਿੱਚ ਬੈਠਾ ਅਤੇ ਗੁੱਸੇ ਵਿੱਚ ਬੈਠਾ ਸੀ ਅਤੇ ਮਹਾਰਾਜ ਜੀ ਦੇ ਵਚਨ ਚਾਬੀ ਦੀ ਨਿਆਈ ਬਾਬੇ ਕਾਲੂ ਦੇ ਗੁੱਸੇ ਦੇ ਦਰਵਾਜ਼ੇ ਨੂੰ ਖੋਲ੍ਹ ਕੇ ਅਤੇ ਅੰਦਰੋਂ ਹੁਣ ਪ੍ਰੇਮ ਅਤੇ ਸ਼ਾਂਤੀ ਨੂੰ ਪ੍ਰਗਟ ਕਰਨਗੇ। ਬਖਸ਼ ਖਤਾ ਪਿਤ ਪਾਛਲ ਕੇਰੀ, ਮੇਰੀ ਪਿਛਲੀ ਗਲਤੀ ਨੂੰ ਪਿਤਾ ਜੀ ਬਖਸ਼ ਦਿਓ ਜੀ। ਨਹਿ ਬਿਗਾਰੋਂ ਕਾਰਜ ਫੇਰੀ, ਮੈਂ ਫੇਰ ਨਹੀਂ ਗਲਤੀ ਕੋਈ ਕਰਦਾ, ਮਹਾਰਾਜ ਪਿਤਾ ਜੀ ਕੋਲੋਂ ਖਿਮਾ ਯਾਚਨਾ ਕਰਦੇ ਹਨ। ਜਿਉਂ ਰਾਵਰ ਕੀ ਹੋਏ ਰਜਾਈ, ਜਿਵੇਂ ਤੁਹਾਡੀ ਆਗਿਆ ਹੋਵੇਗੀ। ਤਿਉਂ ਮੈਂ ਕਰਹੁ ਪ੍ਰੀਤ ਲਗਾਈ, ਮੈਂ ਉਸ ਤਰ੍ਹਾਂ ਬੜੇ ਪ੍ਰੇਮ ਨਾਲ ਕੰਮ ਕਰਿਆ ਕਰਾਂਗਾ। ਉਚਿਤ ਕਰਨ ਕੇ ਮੋਕੋ ਜੋ, ਜੋ ਤੁਹਾਨੂੰ ਚੰਗਾ ਲੱਗਦਾ ਮੇਰੇ ਪਾਸੋਂ ਕਰਾਓ। ਅਬ ਕਹੀਏ ਕਰਹੁ ਮੈਂ ਸੋ, ਜੋ ਕਹੋਗੇ ਮੈਂ ਕਰਾਂਗਾ। ਮਿਰਦਲ ਮਦਰ ਨਮਰੀ ਸੁਨ ਬਾਣੀ, ਜਦੋਂ ਏਦਾਂ ਮਿੱਠੀ ਨਿਮਰਤਾ ਵਾਲੀ ਬਾਣੀ, ਕਿਉਂਕਿ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਛਾਰੀ, ਨਿਮਰਤਾ ਦੇ ਅੱਗੇ ਕਿਸੇ ਦੇ ਕਠੋਰ ਬਚਨ ਦਾ ਵਾਰ ਬਹੁਤਾ ਚਿਰ ਨਹੀਂ ਟਿਕਦਾ, ਤੇ ਇਹ ਤੇ ਨਿਰੰਕਾਰ ਸਰੂਪ ਹਨ। ਕਾਲੂ ਕੇ ਮਨ ਸੁਖ ਦਾਨੀ, ਔਰ ਉਸ ਵੇਲੇ ਕਾਲੂ ਨੂੰ ਵੀ ਬੜਾ ਸੁਖ ਹੋਇਆ ਕਿ ਮੇਰਾ ਪੁੱਤਰ ਫਿਰ ਵੀ ਕਿੰਨਾ ਸਤਿਕਾਰ ਕਰਦਾ ਹੈ। ਜਾਨ ਆਪਣੇ ਸੁਤ ਅਨੁਸਾਰੀ, ਸੋਚਿਆ ਕਿ ਮੇਰਾ ਪੁੱਤਰ ਆਗਿਆਕਾਰੀ ਮੇਰੇ ਖਿਲਾਫ ਕੁਛ ਬੋਲਦਾ ਤਾਂ ਨਹੀਂ ਹੈ, ਮੈਂ ਕਿੰਨਾ ਕੁਛ ਇਸ ਨੂੰ ਆਖਦਾ। ਪਿਛਲੇ ਪ੍ਰਸੰਗ ਵਿੱਚ ਹੀ ਸੀ ਬਾਬੇ ਕਾਲੂ ਨੇ ਇਹ ਵੀ ਕਹਿ ਦਿੱਤਾ ਸੀ ਕਿ ਤੇਰੇ ਨਾਲੋਂ ਨਾ ਹੀ ਪੁੱਤਰ ਹੁੰਦਾ ਤੇ ਚੰਗਾ, ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰ ਕਿੰਨੀ ਕੋਮਲਤਾ, ਕਿੰਨਾ ਪ੍ਰੇਮ ਹੈ। ਧਨ ਖਾਟਨ ਕੀ ਗਿਰਾ ਉਚਾਰੀ, ਫੇਰ ਪੈਸੇ ਕਮਾਉਣ ਦੀਆਂ ਗੱਲਾਂ ਬਾਬੂ ਕਾਲੂ ਨੇ ਸ਼ੁਰੂ ਕਰ ਲਈਆਂ। ਸੁਨ ਸੁਤ ਪੂਰਬ ਭਾ ਕ੍ਰਿਤਕਾਰੀ, ਦੇਖ ਪੁੱਤਰ ਪਹਿਲੋਂ ਤਾਂ ਅਸੀਂ ਤੈਨੂੰ ਖੇਤੀ ਵੱਲ ਆਇਆ, ਪਸ ਚਰਾਏ ਸੋ ਦੀਨ ਉਜਾਰੀ, ਤੇ ਤੂੰ ਤੇ ਪਸ਼ੂਆਂ ਨੂੰ ਚਰਾਉਣ ਲੱਗ ਪਿਆ ਤੇ ਲੋਕਾਂ ਦੀਆਂ ਖੇਤੀਆਂ ਵੀ ਉਜਾੜ ਦਿੱਤੀਆਂ। ਮੁਝ ਮਨ ਮੈਂ ਥੀ ਐਸ ਵਿਚਾਰਾ, ਮੇਰੇ ਅੰਦਰ ਬੜੀਆਂ ਰੀਝਾਂ ਸੀ। ਦਿਉ ਬਸਾਏ ਇੱਕ ਗ੍ਰਾਮ ਨਿਰਾਰਾ, ਮੈਂ ਤੇ ਮਨ ਚ ਸੁਪਨੇ ਬਣਾ ਲਿਆ ਸੀ ਕਿ ਤੈਨੂੰ ਪਿੰਡ ਖਰੀਦ ਕੇ ਦਈਏ। ਸੋ ਤੋ ਰਹੇ ਮਨੋਰਥ ਮੇਰੇ, ਚਲੋ ਤੇ ਮਨ ਦੀ ਮਨ ਚ ਹੀ ਰਹਿ ਗਈ। ਪੰਗ ਤੱਕ ਹੈ ਜੋ ਗਿਰ ਸਿਰ ਹੇਰੇ, ਗਲਤੀ ਤਾਂ ਮੇਰੀ ਆ, ਮੈਨੂੰ ਪਛਾਣ ਕਰਨੀ ਚਾਹੀਦੀ ਸੀ ਵੀ ਪਿੰਗਲਾ ਵੀ ਪਹਾੜ ਚੜ੍ਹ ਜਾਂਦਾ, ਨਹੀਂ ਹੋ ਸਕਦਾ ਇਸ ਤਰ੍ਹਾਂ ਦੇ ਇਹ ਬੋਲ ਬਚਨ ਬੋਲਣ ਵਾਲੇ ਨਹੀਂ ਹਨ। ਮਹਾਰਾਜ ਜੀ ਨੂੰ ਪਿਤਾ ਕਾਲੂ ਜੀ ਨੇ ਆਖਿਆ, ਤੁਹਾਡੇ ਵੱਲ ਵੇਖ ਕੇ ਮੈਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਕਦੇ ਪਿੰਗਲੇ ਵੀ ਪਹਾੜ ਚੜ੍ਹੇ। ਮੁਝ ਤੇ ਬੀਸ ਕਾਰ ਕਿੱਕ ਲੀਜੈ, ਇੱਦਾਂ ਕਰ ਹੁਣ ਹੋਰ ਕੰਮ ਤੈਨੂੰ ਦਿੰਦੇ ਹਾਂ, ਮੇਰੇ ਕੋਲੋਂ 20 ਰੁਪਈਏ ਲੈ ਲਾ। ਆਨ ਸਥਾਨ ਪਿਆਨੋ ਕੀਜੈ, ਔਰ ਤੂੰ ਪਿੰਡ ਤੋਂ ਬਾਹਰ ਚਲੇ ਜਾ। ਫਿਰ ਲਾਭਦਾ ਵਸਤ ਵਿਚਾਰੀ, ਫਿਰ ਤੂੰ ਬਿਜ਼ਨਸ ਕਰ, ਉਹਨਾਂ 20 ਰੁਪਈਆਂ ਨੂੰ ਲੈ ਕੇ ਨਫ਼ਾ ਨੁਕਸਾਨ ਵਿਚਾਰ ਕੇ ਕੋਈ ਵਸਤੂ ਖਰੀਦ ਤੇ ਕੋਈ ਵੇਚ। ਬਨਜੋ ਨਿਜ ਮਤ ਕੇ ਅਨੁਸਾਰੀ, ਜਿਵੇਂ ਤੂੰ ਸਿਆਣਾ ਤੇਰੀ ਮਤ ਨੂੰ ਚੰਗਾ ਲੱਗੇ ਵਪਾਰ ਕਰ। ਅਬ ਕੇ ਜੇ ਆਨੋ ਸ਼ੁਭ ਸੌਦਾ, ਇਸ ਤਰ੍ਹਾਂ ਸ਼ੁਭ ਚੰਗਾ ਖਰਾ ਸੌਦਾ ਕਰਨਾ ਪੁੱਤਰਾ। ਪੁੰਨ ਬਹੁ ਧਨ ਜਿਉਂ ਉਰ ਭਰ ਮੋਦਾ, ਇੱਦਾਂ ਦਾ ਸੌਦਾ ਕਰੀ ਜਿਹਦੇ ਨਾਲ ਬੜਾ ਧਨ ਤੈਨੂੰ ਪ੍ਰਾਪਤ ਹੋਵੇ ਤੇ ਮੈਂ ਬੜਾ ਖੁਸ਼ ਹੋਵਾਂ। ਨਿਜ ਪੂੰਜੀ ਤੁਮ ਰੱਖੋ ਨਿਰਾਲੀ, ਔਰ ਜਿਵੇਂ ਆਪਾਂ ਬੱਚਿਆਂ ਨੂੰ ਲਾਲਚ ਦੇਈਦਾ, ਇਸ ਤਰ੍ਹਾਂ ਬਾਬਾ ਕਾਲੂ ਜੀ ਲਾਲਚ ਦਿੰਦੇ ਆ, ਜਿਹੜਾ ਤੁਸੀਂ ਕਮਾ ਕੇ ਲਿਆਓਗੇ ਨਿਰਾਲਾ ਆਪਣੇ ਕੋਲ, ਤੁਸੀਂ ਵੱਖਰਾ ਤੁਹਾਡਾ ਹੀ ਪੈਸਾ ਜਿਹੜਾ ਤੁਸੀਂ ਕਮਾ ਕੇ 20 ਮੈਨੂੰ ਮੋੜ ਦੇਈ, ਪਰ ਬਾਕੀ ਜਿਹੜਾ ਉੱਪਰੋਂ ਕਮਾ ਕੇ ਲਿਆਵੇਂਗਾ ਉਹ ਤੇਰੇ ਹੀ ਆ। ਕਰਹੋ ਬਨਜ ਇਹ ਰੀਤ ਸੁਖਾਲੀ, ਦੇਖ ਕਿੰਨਾ ਸੌਖਾ ਜਿਹਾ ਕੰਮ ਆ, 20 ਰੁਪਈਏ ਮੈਂ ਦਿੱਤੇ ਉੱਪਰੋਂ ਜਿਹੜੇ ਕਮਾਏ ਸੋ ਤੇਰੇ। ਦਿਨ ਪ੍ਰਤ ਦਰਬ ਵਧਾਵੋ ਭਾਰੀ, ਏਦਾਂ ਦਿਨ ਦਿਨ ਕਰਦਿਆਂ ਤੇਰਾ 20, 40, 60, 100 ਕਰਦਿਆਂ ਤੇ ਤੇਰਾ ਧੰਨ ਵੱਧ ਜਾਣਾ। ਬਹੁਰ ਸਪੂਤ ਕਹਿ ਨਰ ਨਾਰੀ, ਤੇ ਫਿਰ ਲੋਕੀ ਕਹਿਣਗੇ ਕਿ ਕਾਲੂ ਦਾ ਪੁੱਤਰ ਸੁਪੁੱਤਰ ਹੈ। ਬਾਲਾ ਲਿਹੋ ਦੂਸਰਾ ਸੰਗਾ, ਔਰ ਤੇਰਾ ਜਿਹੜਾ ਮਿੱਤਰ ਆ ਬਾਲਾ ਜੱਟ ਸੰਧੂ, ਉਹਨੂੰ ਨਾਲ ਲੈ ਲਈ ਹੈ, ਤੇਰੇ ਤੋਂ ਛੋਟਾ ਪਰ ਬੜਾ ਸਿਆਣਾ। ਸੁੱਤ ਜਾਵੋ ਅਬ ਸਹਿਤ ਉਮੰਗਾ, ਚਲੋ ਜਾਓ ਤੁਹਾਨੂੰ ਭਾਈ ਬਾਲੇ ਨਾਲ ਘੱਲਿਆ। ਕਹਿ ਬਾਲਾ ਸੁਨ ਗੁਰ ਸੁਖ ਕਰਦੰ, ਇਸ ਤਰ੍ਹਾਂ ਭਾਈ ਬਾਲੇ ਜੀ ਦੇ ਕੋਲ ਜਦੋਂ ਆਵਾਜ਼ ਆਈ, ਦਾਸ ਪਠਾਇਓ ਤਬ ਬੁਝ ਸਦਨੰ, ਇਸ ਤਰ੍ਹਾਂ ਭਾਈ ਬਾਲਾ ਕਹਿ ਬਾਲਾ ਸੁਣ ਗੁਰ ਦੁੱਖ ਕਦਨੰ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸੁਣਾਉਂਦੇ ਆ। ਸੋ ਸਟੋਰੀ ਦਾ ਪਰਸਪੈਕਟਿਵ ਬਦਲ ਰਿਹਾ ਆ ਭਾਈ ਬਾਲਾ ਜੀ, ਫਿਰ ਕਿਉਂਕਿ ਭਾਈ ਬਾਲਾ ਜੀ ਸੁਣਾਉਣ ਵਾਲੇ ਆ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ
ਉੱਧਰ ਇਹ ਕੁਛ ਹੋ ਰਿਹਾ ਸੀ ਅਤੇ ਮੇਰੇ ਘਰ ਦਾਸ ਪਠਾਇਓ ਤਬ ਮੁਝ ਸਦਨੰਗ, ਮੇਰੇ ਘਰ ਬਾਬੇ ਕਾਲੂ ਨੇ ਨੌਕਰ ਕਲਾਇਆ। ਗਇਓ ਸੰਗ ਮੈਂ ਤੇ ਅਸਥਾਨੰ, ਤੇ ਮੈਂ ਗਿਆ ਬੇਦੀਆਂ ਦੇ ਘਰ ਵਿੱਚ ਬਾਬੇ ਕਾਲੂ ਤੇ ਬਾਬੇ ਨਾਨਕ ਦੇ ਕੋਲ। ਜਹ ਕਾਲੂ ਨਾਨਕ ਗਤ ਦਾਨੰ, ਜਿੱਥੇ ਦੋਵੇਂ ਪਿਤਾ ਪੁੱਤਰ ਗੁਰੂ ਨਾਨਕ ਸਾਹਿਬ ਬਾਬਾ ਕਾਲੂ ਜੀ ਬੈਠੇ ਸਨ। ਮੁਝ ਕੋ ਸਾਦਰ ਨਿਕਟ ਬਿਠਾਇਆ, ਬੜੀ ਇੱਜ਼ਤ ਮੇਰੀ ਕੀਤੀ ਤੇ ਮੈਨੂੰ ਨਾਲ ਬਿਠਾ ਲਿਆ। ਹਿਤ ਭੇਜਨ ਕੇ ਬਚਨ ਅਲਾਇੰ, ਤੇ ਮੈਨੂੰ ਚੰਗੀ ਤਰ੍ਹਾਂ ਹਦਾਇਤ ਕੀਤੀ ਬਾਬੇ ਕਾਲੂ ਨੇ। ਸੁਣ ਬਾਲੇ ਤੂੰ ਹੈ ਮਤਵਾਨ, ਬਾਲਿਆ ਤੂੰ ਹੈ ਬੜਾ ਅਕਲ ਵਾਲਾ। ਕੀਜੈ ਨਾਨਕ ਸੰਗ ਪਿਆਨ, ਆ ਗੁਰੂ ਨਾਨਕ ਦੇਵ ਜੀ ਨਾਲ ਤੂੰ ਜਾਣਾ ਮੇਰੇ ਪੁੱਤਰ ਨਾਲ। ਹੋਏ ਲਾਭਦਾ ਸੌਦਾ ਜੋ, ਤੇਰੀ ਗਰੰਟੀ ਆ ਕਿ ਪੈਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਸੌਦਾ ਚੰਗਾ ਹੀ ਲੈ ਕੇ ਆਉਣਾ। ਇਹੋ ਸੰਭਾਰ ਆਨੇ ਸੋ, ਆ ਲੈ 20 ਰੁਪਈਏ ਮੈਂ ਨਾਨਕ ਜੀ ਨੂੰ ਨਹੀਂ ਦਿੰਦਾ ਪੁੱਤਰ ਨੂੰ, ਤੈਨੂੰ ਦਿੰਦਾ ਕਿਉਂਕਿ ਤੂੰ ਸਿਆਣਾ ਆ। ਅਸ ਕਹਿ 20 ਰਜਤਪਣ ਦੀਨੇ, ਇਸ ਤਰ੍ਹਾਂ 20 ਰੁਪਈਏ ਭਾਈ ਬਾਲੇ ਦੇ ਹੱਥ ਬਾਬੇ ਕਾਲੂ ਨੇ ਦਿੱਤੇ। ਪਲ ਬਿਦ ਸੋ ਮੁਝ ਸੌਪਨ ਕੀਨੇ, ਔਰ ਮੈਨੂੰ ਇਸ ਤਰ੍ਹਾਂ ਉਹ ਸਾਰੇ ਸੌਂਪਣੇ ਕੀਤੇ। ਪਾ ਤਿਆਰ ਮੈਂ ਮਾਨਨ ਦਿਸਾ, ਮੈਂ ਤਾਂ ਤਿਆਰੀ ਕਰ ਲਈ ਕਿ ਆਗਿਆ ਹੋ ਗਈ ਹੈ। ਚਲੇ ਮੁਕੰਦ ਜੇ ਕਟਤ ਕਲੇਸ਼ਾ, ਔਰ ਦੁਨੀਆਂ ਨੂੰ ਤਾਰਨ ਵਾਲੇ ਮੁਕਤੀ ਦੇ ਦਾਸੇ ਦਾਤੇ ਕਲੇਸ਼ਾਂ ਦਾ ਨਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਨਾਲ ਮੈਂ ਵੀ ਤੁਰ ਪਿਆ। ਚਾਰ ਪਟੰਬਰ ਕੀ ਇਕਲਾਈ, ਔਰ ਮੈਂ ਚਾਰ ਪਟੰਬਰ ਇੱਕ ਸੁੰਦਰ ਮੈਂ ਜਿਹੜੀ ਤਲਾਈ ਸੀ ਵਿਛਾਉਣ ਵਾਲਾ ਬਸਤਰ ਮੈਂ ਮੋਢੇ ਪਾ ਲਿਆ ਕਿ ਜੇ ਕਿਤੇ ਬਾਬਾ ਜੀ ਥੱਕ ਗਏ ਤੇ ਮੈਂ ਵਿਛਾ ਲੂੰਗਾ ਤੇ ਇਹ ਬੈਠ ਜਾਣਗੇ। ਸੋ ਲੀਨੀ ਮੈਂ ਕੰਧ ਉਚਾਈ, ਉਹ ਮੈਂ ਆਪਣੇ ਕੰਧ ਮੋਢੇ ਤੇ ਚਾਦਰ ਵੱਡੀ ਤਲਾਈ ਰੱਖ ਕੇ ਤੇ ਮੈਂ ਤੁਰ ਪਿਆ। ਵਹਿਰ ਨਗਰ ਤੇ ਕੇਤਕ ਦੂਰੀ, ਤੇ ਜਦੋਂ ਅਸੀਂ ਤੁਰਨ ਲੱਗੇ ਤੇ ਨਗਰ ਦੇ ਬਾਹਰ ਬਾਹਰ ਪਿੰਡ ਤੱਕ ਜਦੋਂ ਅਪੜੇ। ਕਾਲੂ ਦੇ ਤੈ ਸਿਖਵਨ ਭੂਰੀ, ਤੇ ਕਾਲੂ ਜੀ ਨਾਲੇ ਨਾਲ ਤੁਰੀ ਗਏ ਤੇ ਨਾਲੇ ਸਾਨੂੰ ਮੱਤਾਂ ਦਿੰਦੇ ਗਏ। ਬੌਰ ਹਟਿਓ ਕਰ ਮੋਹ ਕਨੇਰਾ, ਫਿਰ ਬਾਬਾ ਕਾਲੂ ਪਟਵਾਰੀ ਸੀ, ਉਹਨੂੰ ਪਿੰਡ ਦਾ ਖਿਆਲ ਆਇਆ ਕਿ ਪਟਵਾਰ ਖਾਨਾ ਤੇ ਖਾਲੀ ਪਿਆ ਹੈ। ਬਾਰ ਬਾਰ ਪਾਛਲ ਦਿਸਹੇਰਾ, ਨਾਲੇ ਸਾਡੇ ਨਾਲ ਤੁਰੀ ਜਾਵੇ ਤੇ ਨਾਲੇ ਬਾਬਾ ਕਾਲੂ ਪਿੱਛੇ ਪਿੰਡ ਵੱਲ ਵੇਖੀ ਜਾਵੇ। ਮੰਦ ਮੰਦ ਪੱਗ ਧਾਰ ਗੁਣ ਮੰਦਰ, ਫਿਰ ਸਹਿਜੇ ਸਹਿਜੇ ਆਪਣੇ ਘਰ ਨੂੰ ਹੀ ਮੁੜ ਗਿਆ। ਚਲਤ ਪੰਥ ਭਾਖਤ ਬਚ ਸੁੰਦਰ, ਫਿਰ ਅਸੀਂ ਚੱਲ ਪਏ ਤੇ ਉਹ ਬੜਾ ਸੁਹਾਵਣਾ ਸਮਾਂ ਸੀ ਮੇਰੀ ਜ਼ਿੰਦਗੀ ਦਾ। ਭਗਤ ਵੈਰਾਗ ਗਿਆਨ ਗੁਣ ਸਾਨੀ, ਕਦੇ ਭਗਤੀ ਦੇ ਕਦੇ ਵੈਰਾਗ ਦੇ ਕਦੇ ਗਿਆਨ ਦੇ ਕਿਸ਼ੋਰ ਅਵਸਥਾ ਗੁਰੂ ਨਾਨਕ ਸਾਹਿਬ ਜੀ ਮੈਨੂੰ ਬਚਨ ਸੁਣਾਉਂਦੇ ਸਨ। ਮੁਝ ਉਪਦੇਸ਼ਨ ਕਹਿਤ ਕਹਾਣੀ, ਮੈਨੂੰ ਸਮਝਾਉਣ ਲਈ ਮੇਰੀ ਕਲਿਆਣ ਕਰ ਲੈ, ਮੈਨੂੰ ਸਾਖੀਆਂ ਵੀ ਬਾਬੇ ਨਾਨਕ ਨੇ ਸੁਣਾਈਆਂ। ਗ੍ਰਾਮ ਨਗਰ ਮਾਰਗ ਮਹਿ ਜੇਤੇ, ਔਰ ਜਦੋਂ ਅਸੀਂ ਬਾਹਰ ਗਏ ਪਿੰਡੋਂ, ਸਹਿਜ ਸਹਿਜ ਉਲੰਘੇ ਸਭ ਤੇਤੇ, ਇੱਕ ਦੋ ਪਿੰਡ ਵੀ ਲੰਘ ਗਏ ਤੇ ਅੱਗੇ ਨੂੰ ਵਧੇ। ਚਲਤ ਚਲਤ ਆਇਓ ਇੱਕ ਕਾਨਨ, ਅੱਗੇ ਵਧੇ ਤੇ ਅੱਗੇ ਇੱਕ ਜੰਗਲ ਸੀ ਜੀ। ਤਾਹੇ ਬਿਲੋਕਤ ਸ੍ਰੀ ਕਮਲਾਨਨ, ਤੇ ਮਹਾਰਾਜ ਦਾ ਧਿਆਨ ਉਸ ਰਮਣੀਕ ਸੁੰਦਰ ਜੰਗਲ ਵੱਲ ਪਿਆ। ਸੁੰਦਰ ਆਸ਼ਰਮ ਏਕ ਨਿਹਾਰੀ, ਕੀ ਅਸੀਂ ਵੇਖਿਆ ਕਿ ਝੁੱਗੀਆਂ ਪਈਆਂ ਤੇ ਜਾਪਦਾ ਜਿਵੇਂ ਰੱਬ ਦੇ ਪਿਆਰਿਆਂ ਦਾ ਆਸ਼ਰਮ ਹੁੰਦਾ ਹੈ। ਤਹਿ ਤਪੀਸ਼ ਤਪ ਤਾਪੈ ਭਾਰੀ, ਜਦੋਂ ਨੇੜੇ ਨੂੰ ਗਏ ਤੇ ਕੀ ਵੇਖਦੇ ਆ, ਵੱਡੇ ਤਪੀਸ਼ਰ ਸਾਧੂ ਉੱਥੇ ਵੀ ਰੱਬ ਦਾ ਨਾਮ ਲੈਂਦੇ। ਕਹੇ ਆਸਨ ਕੈ ਊਰਦ ਬਾਹੂ, ਹੁਣ ਸੀਨ ਵੇਖੋ, ਜਦੋਂ ਅਸੀਂ ਅੱਗੇ ਨੂੰ ਵਧੇ ਕੀ ਵੇਖਦੇ ਆ, ਕੋਈ ਤੇ ਆਸਣ ਤੇ ਬੈਠਾ ਤੇ ਉਤਾਂਹ ਵੱਲ ਬਾਹਾਂ ਕੀਤੀਆਂ ਹਨ। ਬਿਟਪਨ ਲਟਕਤ ਕੋ ਉਲਟਤਾ ਹੋ, ਜਦੋਂ ਅੱਗੇ ਨੂੰ ਵਧੇ ਤੇ ਕੋਈ ਦਰਖਤਾਂ ਤੋਂ ਪੁੱਠਾ ਲਟਕ ਰਿਹਾ ਹੈ। ਇੱਕ ਚਰਨ ਪਰ ਕੋ ਇੱਕ ਠੰਡੇ, ਤੇ ਕੋਈ ਪੱਥਰ ਦੀਆਂ ਸ਼ਿਲਾ ਉੱਪਰ ਇੱਕ ਪੈਰ ਤੇ ਸਾਧੂ ਖੜਾ ਹੈ। ਸੁਖ ਪਰਲੋਕ ਜਿਨਹੈ ਰੁਚ ਬਾਡੇ, ਤੇ ਪਰਲੋਕ ਦੇ ਸੁਖ ਬੈਠੇ ਮੰਗਣ ਲਈ। ਕਾਹੂ ਸਿੰਧਾਸਨ ਕੋ ਪਦਮਾਸਨ, ਕੋਈ ਯੋਗ ਦੇ 84 ਆਸਣ, ਕੋਈ ਪਦਮਾਸਨ ਤੇ ਕੋਈ ਸਿੱਧ ਆਸਣ ਔਖੇ ਔਖੇ ਆਸਣਾਂ ਚ ਬੈਠਾ ਹੈ। ਮਾਰੇ ਪਾਨ ਕੋ ਰਹਿਤ ਬਿਨਾਸਨ, ਔਰ ਇਸ ਤਰ੍ਹਾਂ ਅੰਨ ਪਾਣੀ ਛੱਡ ਕੇ ਕੋਈ ਕੱਲਾ ਜਲ ਨੂੰ ਹੀ ਛਕ ਰਿਹਾ ਹੈ, ਸੁੱਕੇ ਪਏ ਆ, ਹੱਡੀਆਂ ਹਨ। ਸਵੇਤ ਰੰਗ ਲਾਗੀ ਪਸ ਮੰਗਾ, ਔਰ ਸਾਰਿਆਂ ਦੇ ਰੰਗ ਬੜੇ ਚਿੱਟੇ ਆ। ਚਿੱਟੇ ਕਿਵੇਂ ਹੋਏ,
ਰੰਗ ਨਹੀਂ ਚਿੱਟੇ, ਭਸਮ ਦੇ ਨਾਲ ਸਵਾਹ ਮਲ ਕੇ ਚਿੱਟੇ ਕੀਤੇ ਆ। ਜਟਾ ਸੀਸ ਜਿਨ ਧੂਸਰ ਰੰਗਾ, ਔਰ ਧੂਸਰਾ ਜਿਹਾ ਰੰਗ ਉਹਨਾਂ ਦੇ ਸਿਰ ਤੇ ਉੱਚੀਆਂ ਉੱਚੀਆਂ ਜਟਾਂ ਦੇ ਵੱਡੇ ਮੁਕਟ ਮਾਨੋ ਹਨ। ਕਿਨ ਬਲਕਤ ਲੈ ਕੋ ਅੰਗ ਨੰਗਾ, ਕਿਸੇ ਨੇ ਦਰਖਤ ਦੀਆਂ ਪੱਤਿਆਂ ਨੂੰ ਲਾਹ ਕਰਕੇ ਸੁੱਕੇ ਪੱਤਿਆਂ ਨਾਲ ਆਪਣੇ ਸਰੀਰ ਨੂੰ ਢਕਿਆ ਤੇ ਕੋਈ ਅਲਫ ਨੰਗਾ ਹੀ ਬੈਠਾ ਹੈ। ਅਗਨ ਉਸਨ ਕੋ ਕੋਈ ਉਮੰਗਾ, ਤੇ ਕੋਈ ਇੰਨਿਆਂ ਧੂਣੀਆਂ ਨੂੰ ਧਾ ਕਰਕੇ ਲਾਲ ਹੋਇਆ, ਉਹਨੂੰ ਗਰਮੀ ਬੜੀ ਲੱਗ ਰਹੀ ਹੈ। ਕੋ ਬੈਠੇ ਜਲ ਕੰਠ ਪਰਮਾਨਾ, ਤੇ ਨਾਲ ਹੀ ਤਲਾਅ ਸੀ, ਕਈ ਸਾਧੂ ਏਦਾਂ ਦੇ ਸੀ ਜਿਹੜੇ ਤਲਾਅ ਵਿੱਚ ਬੈਠੇ ਤੇ ਉਹਨਾਂ ਦੇ ਗਲ ਤੱਕ ਪਾਣੀ ਆਉਂਦਾ ਸੀ। ਸਿਮਰ ਇਕਾਕੀ ਕੋ ਭਗਵਾਨਾ, ਤੇ ਕੋਈ ਇਕਾਂਤ ਬੈਠਾ ਰੱਬ ਰੱਬ ਕਰਦਾ ਮਾਲਾ ਫੇਰਦਾ ਸੀ। ਕੋ ਠਾਂਡੋ ਦਿਨ ਰਹਿਣ ਬਿਤਾਵੇ, ਕੋਈ ਏਦਾਂ ਦਾ ਸਾਧੂ ਸੀ ਅਸਾਂ ਪੁੱਛਿਆ, ਉਹ ਦਿਨ ਤੇ ਰਾਤ ਖੜਾ ਹੀ ਰਹਿੰਦਾ ਸੀ, ਬਹਿੰਦਾ ਹੀ ਨਹੀਂ ਸੀ। ਕੋ ਮੋਨੀ ਨਹਿ ਬਚਨ ਅਲਾਵੇ, ਤੇ ਅੱਗੇ ਵਧੇ ਤੇ ਏਦਾਂ ਦੇ ਵੀ ਸੀ ਜਿਹਨਾਂ ਸਾਲਾਂ ਵਧੀ ਕਿਸੇ ਨਾਲ ਬਚਨ ਬੁਲਾਇਆ ਸੀ ਨਾ ਕੋਈ ਕੀਤਾ। ਕੋ ਨਿਜ ਬ੍ਰਤ ਨਿਰੋਧਨ ਕਰਹੀ, ਕੋਈ ਆਪਣੀ ਬਿਰਤੀ ਦਾ ਨਿਰੋਧ ਕਰਨ ਵਾਸਤੇ ਬੈਠਾ। ਸਾਧ ਸਿੰਘ ਜੀ ਧਿਆਨ ਰਵੇ, ਜਦੋਂ ਅਸੀਂ ਜਪਜੀ ਸਾਹਿਬ ਆਰੰਭ ਕਰਦੇ ਹਾਂ, ਸੋਚੈ ਸੋਚ ਨਾ ਹੋਵੇ ਹੀ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ ਹੀ ਜੇ ਲਾਏ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਇਸ ਤਰ੍ਹਾਂ ਤੁਸੀਂ ਵੇਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਚਪਨੇ ਕਿਸ਼ੋਰ ਅਵਸਥਾ ਵਿੱਚ ਇਹਨਾਂ ਸਾਧੂਆਂ ਦੇ ਦਰਸ਼ਨ ਕੀਤੇ ਅਤੇ ਦਰਸ਼ਨ ਦਿੱਤੇ, ਵਾਰਤਾਲਾਪ ਵੀ ਕਰਨੀ ਆ, ਫਿਰ ਇਹਨਾਂ ਹੀ ਸਾਧਨਾ ਦਾ ਖੰਡਨ ਆਪਣੀ ਬਾਣੀ ਵਿੱਚ ਵੀ ਅਗਾਂਹ ਜਾ ਕਰਕੇ ਸਿੱਧਾਂ ਨਾਲ ਕਰਨਗੇ। ਸੁਖ ਜੋ ਸੁਰਗ ਤ੍ਰਿਨ ਸਮ ਪਰ ਹਰਹੀ, ਕਈਆਂ ਨੇ ਵਿਰਾਗ ਵੀ ਮਨ ਵਿੱਚ ਧਾਰਿਆ ਕਿ ਸਵਰਗ ਤੱਕ ਦੇ ਸੁੱਖਾਂ ਨੂੰ ਉਹਨਾਂ ਨੇ ਕਾਗ ਦੀ ਵਿਸ਼ਤਾ ਸਮਾਨ ਜਾਣਿਆ, ਭਾਵ ਤਮ ਤੀਗਰ ਵਿਰਾਗ ਧਾਰਿਆ ਹੈ। ਕੋ ਮਿਲ ਕਰ ਹਰ ਕਥਾ ਰਸਾਲਾ, ਤੇ ਕਈ ਰੱਬ ਦੀ ਕਥਾ ਪੁਰਾਣਾ ਗ੍ਰੰਥਾਂ ਦੀ ਕਰਨ ਨੂੰ ਬੈਠੇ ਆ। ਵੱਡੇ ਸੁਣੇ ਧਰ ਪ੍ਰੇਮ ਵਿਸਾਲਾ, ਮਨ ਵਿੱਚ ਬੜਾ ਪ੍ਰੇਮ ਠਾਣ ਕੇ ਤੇ ਕਥਾ ਵਾਰਤਾ ਕਰਦੇ ਹਨ। ਸਭ ਕੋ ਇੱਕ ਮਹੰਤ ਸੋ ਕੈਸਾ, ਇਹਨਾਂ ਵਿੱਚੋਂ ਇੱਕ ਇਹਨਾਂ ਦਾ ਲੀਡਰ ਜਥੇਦਾਰ ਕਹਿ ਲਓ, ਜਾਂ ਇਹਨਾਂ ਦੀ ਭਾਸ਼ਾ ਵਿੱਚ ਇਹਨਾਂ ਦਾ ਸ਼੍ਰੀ ਮਹੰਤ ਸੀ। ਮਨੋ ਸਰੀਰ ਧਾਰ ਤਪ ਵੈਸਾ, ਮਨੋ ਕਿ ਤਪ ਨੇ ਸਰੀਰ ਧਾਰਨ ਕਰਕੇ ਤੇ ਐਸਾ ਸਾਧੂ ਪ੍ਰਭਾਵਸ਼ਾਲੀ ਸੀ। ਤਰਕਤ ਕੀ ਕਟਕੀਨ ਕਪੀਨਾ, ਉਹਨੇ ਦਰਖਤਾਂ ਦੇ ਪੱਤਰਿਆਂ ਦੀ ਕਪੀਨਾ ਲੱਕ ਤੇ ਬੰਨਿਆ ਸੀ ਵਸਤਰ। ਮ੍ਰਿਗਸ਼ਾਲਾ ਪਰ ਆਸਨ ਕੀਨਾ, ਔਰ ਮ੍ਰਿਗਸ਼ਾਲਾ ਤੇ ਹਿਰਨੀ ਦੀ ਖਲ ਤੋਂ ਮ੍ਰਿਗਸ਼ਾਲਾ ਦੇ ਉੱਪਰ ਉਹ ਸਾਧੂ ਬੈਠਾ ਸੀ ਸ਼੍ਰੀ ਮਹੰਤ ਜੀ। ਭਾਰੀ ਜਟਾ ਮੁਕਟ ਜੈ ਸੀਸਾ, ਜਿਵੇਂ ਰਾਜ ਮੁਕਟ ਹੁੰਦੇ ਵੱਡੇ ਵੱਡੇ, ਇਸ ਤਰ੍ਹਾਂ ਉਹਦਾ ਉੱਚਾ ਜੂੜਾ ਜਟਾਂ ਵਾਲਾ ਉਹਦੇ ਸਿਰ ਤੇ ਸੁਭਾਏ ਮਾਨ ਸੀ। ਬੈਠਿਓ ਹਿਰਦੈ ਭਜਤ ਜਗਦੀਸ਼ਾ, ਹਿਰਦੇ ਦੇ ਵਿੱਚ ਭਜਨ ਕਰਦਾ ਅਕਾਲ ਪੁਰਖ ਵਾਹਿਗੁਰੂ ਦਾ। ਤਿੰਨੇ ਬਿਲੋਕ ਠਾਂਡ ਬੋ ਰਹੇ, ਉਹਨਾਂ ਨੂੰ ਵੇਖ ਕਰਕੇ ਤੇ ਸਤਿਗੁਰੂ ਉੱਥੇ ਖਲੋ ਗਏ। ਮੁਝ ਸੋ ਅਸ ਬਜ ਕੋਮਲ ਕਹੇ, ਮੇਰੇ ਕੋਲ ਭਾਵ ਮੇਰੇ ਭਾਈ ਬਾਲੇ ਕੋਲ ਬਾਬੇ ਨਾਨਕ ਨੇ ਬਚਨ ਕੀਤੇ। ਪੰਜ ਪਲੋ ਹਮ ਇਨੈ ਪਾਇਓ, ਭਾਈ ਬਾਲਾ ਅਸੀਂ ਭਲਾ ਵਣਜ ਪਾਇਆ, ਅਸੀਂ ਸੌਦਾ ਲੱਭਣ ਆਏ ਸੀ, ਮੈਨੂੰ ਸੌਦਾ ਲੱਜ ਪਿਆ ਹੈ। ਤਜ ਤਮਨੋ ਮਨ ਮੈਂ ਪਾਇਓ, ਮੇਰੇ ਮਨ ਦੀਆਂ ਤਮੰਨਾ ਪੂਰੀਆਂ ਹੋਈਆਂ, ਮੈਂ ਤੇ ਚੰਗਾ ਮੌਕਾ ਸੌਦੇ ਦਾ ਸਮਝਿਆ ਹੈ। ਪਾਏ ਅਮੋਲ ਜੋ ਮਗ ਮਹਿ ਹੀਰਾ, ਅਸੀਂ ਤਾਂ ਇਸ ਤਰ੍ਹਾਂ ਤੁਰੇ ਸਾਂ ਅਸੀਂ ਕੋਈ ਮੋਤੀ ਲੱਭਣ ਵਾਸਤੇ, ਤੇ ਸਾਨੂੰ ਲੱਭ ਪਏ ਅਮੋਲਕ ਹੀਰੇ। ਫਕਟ ਨਾ ਬਣ ਜੈ ਜੇ ਮਤ ਧੀਰਾ, ਹੁਣ ਕੋਈ ਬਣਦੀ ਥੋੜਾ ਗੱਲ ਆ ਕਿ ਜੇ ਅਸੀਂ ਦੁਨਿਆਵੀ ਕੋਈ ਵਪਾਰ ਕਰੀਏ। ਖੋਜਤ ਮਦ ਪਖਾਕ ਕਰ ਆਈ, ਜੇ ਅਸੀਂ ਸ਼ਹਿਦ ਲੱਭਣ ਨੂੰ ਤੁਰੀਏ ਤੇ ਰਸਤੇ ਵਿੱਚ ਅੰਮ੍ਰਿਤ ਹੀ ਮਿਲ ਜਾਵੇ, ਮਾਨੋ ਮੈਨੂੰ ਤੇ ਉਹ ਮਿਲ ਗਿਆ। ਜੋ ਜਨ ਹੈ ਨਿਜ ਭਾਗ ਭਲਾਈ, ਜਿਹੜਾ ਇਹ ਗੱਲ ਨੂੰ ਸਮਝ ਲਵੇ ਉਹਦੇ ਭਾਗਾਂ ਦਾ ਭਲਾ ਹੀ ਹੈ। ਬਹੁਰ ਪਿਤਾ ਕੀ ਆਗਿਆ ਜੋ, ਔਰ ਬਾਲਿਆ ਫਿਕਰ ਨਾ ਕਰ, ਪਿਤਾ ਜੀ ਦੀ ਆਗਿਆ ਦੇ ਵਿੱਚ ਹੀ ਚੱਲ ਰਹੇ ਹਾਂ।
ਭਲੋ ਬਣਜ ਕਰਨੇ ਕੀ ਸੋ। ਹੁਣ ਭਲਾ ਹੀ ਬਣਜ ਆਪਾਂ ਕਰਨਾ ਹੈ। ਯਾਤੇ ਬਣਜ ਲਾਭ ਦਾ ਔਰ ਨਾ। ਮੇਰੇ ਖਿਆਲ ਵਿੱਚ ਜਿਹੜਾ ਬਣਜ ਮੈਂ ਕਰਨ ਲੱਗਾ ਇਹਦੇ ਨਾਲੋਂ ਕੋਈ ਭਲਾ ਦੁਨੀਆਂ ਦਾ ਵਪਾਰ ਨਹੀਂ ਹੋਵੇਗਾ। ਫਿਰ ਦੇਖੋ ਜੇ ਸਭ ਹੀ ਠੌਰ ਨਾ। ਮੈਂ ਤੇ ਫਿਰ ਤੁਰ ਕੇ ਹੁਣ ਵੇਖ ਲਿਆ ਇੰਨੇ ਪਿੰਡਾਂ ਮੰਡੀਆਂ ਅੱਡਿਆਂ ਥਾਣੀ ਲੰਘੇ ਆ ਤੇ ਕੋਈ ਚੰਗੀ ਇਹੋ ਜਿਹਾ ਸਾਨੂੰ ਵਪਾਰ ਤਾਂ ਮਿਲਿਆ ਨਹੀਂ। ਇਹ ਰਜਤਪਨ ਇਨਹੈ ਚੜਾਵ ਹੈ। ਦੇ ਮੈਨੂੰ ਪੈਸਾ ਆਪਾਂ ਇਹਨਾਂ ਸਾਧੂ ਰੱਬ ਦੇ ਪਿਆਰਿਆਂ ਨੂੰ ਚੜਾਈਏ। ਅਸਨ ਬਸਨ ਤੇ ਲੈ ਸੁਖ ਪਾਵੇ। ਇਹਨਾਂ ਨੂੰ ਕੋਈ ਵਸਤਰ ਇਹਨਾਂ ਨੂੰ ਕੋਈ ਭੋਜਨ ਦਈਏ ਇਹ ਭਲਾ ਹੈ। ਅਸ ਸੁਣ ਕਰ ਮਚ ਬੇਦੀ ਵਰਕੇ। ਇਸ ਤਰ੍ਹਾਂ ਬੇਦੀ ਸ੍ਰੇਸ਼ਟ ਗੁਰੂ ਨਾਨਕ ਦੇਵ ਜੀ ਦੇ ਜਦੋਂ ਮੈਂ ਬਚਨ ਸੁਣੇ। ਮੈਂ ਬੋਲਿਓ ਕਾਲੂ ਦਿਸ਼ ਡਰ ਕੇ। ਮੈਂ ਬਾਬੇ ਕਾਲੂ ਬਾਰੇ ਸੋਚਿਆ, ਭਾਈ ਬਾਲਾ ਕਹਿੰਦਾ ਤੇ ਹਿਰਦੇ ਚ ਮੈਂ ਡਰ ਗਿਆ ਕਿ ਇਹ ਕੀ ਹੋ ਗਿਆ। ਬਨ ਕਨ ਜੋ ਵਰਜਨ ਧਨ ਹੇਤੂ। ਦੇਖੋ ਤੁਹਾਨੂੰ ਜੋ ਬਨ ਕਨ ਤੁਹਾਨੂੰ ਬਾਣੀਆਂ ਦੀ ਨਿਆਈ ਤੁਹਾਨੂੰ ਆਹ ਕੁਛ ਕਰਨ ਲਈ ਨਹੀਂ, ਪੈਸੇ ਲਟਾਉਣ ਲਈ ਨਹੀਂ, ਸਾਧੂਆਂ ਨੂੰ ਚੜਾਉਣ ਲਈ ਨਹੀਂ ਆਖਿਆ, ਤੁਹਾਨੂੰ ਬਾਣੀਆਂ ਦੀ ਨਿਆਈ ਕੋਈ ਵਪਾਰ ਕਰਨ ਲਈ ਪੈਸੇ ਦਿੱਤੇ ਗਏ ਹਨ। ਤੁਮ ਕੋ ਪੇ ਭੇਜਿਓ ਕਿਰਪਾ ਨਕੇਤੂ। ਤੁਹਾਨੂੰ ਇਸ ਕਰਕੇ ਘਰੋਂ ਘਲਾਇਆ ਤੁਹਾਡੇ ਪਿਤਾ ਜੀ ਨੇ। ਪੁਨ ਤੁਮ ਜਨਕ ਹੈ ਕਠਿਨ ਸੁਭਾਉ। ਫਿਰ ਤੁਸੀਂ ਇਹ ਵੀ ਵਿਚਾਰੋ ਕਿ ਤੁਹਾਡੇ ਪਿਤਾ ਜੀ ਦਾ ਸੁਭਾਅ ਕਿੰਨਾ ਕਠੋਰ ਹੈ। ਗੁਣ ਆਪ ਮੁਝ ਦਿਓ ਨ ਕਾਉ। ਦੇਖੋ ਜੋ ਤੁਹਾਡੇ ਮਨ ਚ ਠੀਕ ਲੱਗੇ ਤੁਸੀਂ ਕਰੋ, ਪਰ ਮੇਰਾ ਨਾ ਵਿੱਚ ਕੋਈ ਦੋਸ਼, ਮੇਰਾ ਨਾ ਕੋਈ ਨਾਂ ਖਰਾਬ ਹੋਵੇ। ਪਿਤਾ ਪੁੱਤਰ ਕਰ ਲਿਹੋ ਨਵੇਰੋ। ਤੁਸੀਂ ਪਿਤਾ ਪੁੱਤਰ ਆਪਣਾ ਨਵੇੜਾ ਝਗੜੇ ਵਿੱਚ ਮੈਨੂੰ ਨਾ ਬਾੜੋ। ਮੈਂ ਹੂੰ ਦਾਸ ਨਾ ਕਰਹਿ ਸੋਚੇਰੋ। ਮੈਂ ਤੇ ਤੁਹਾਡਾ ਨੌਕਰ ਤੁਹਾਡਾ ਸੇਵਾਦਾਰ ਆ, ਮੈਂ ਨਹੀਂ ਇਹ ਝਗੜੇ ਚ ਪੈਣਾ। ਜੋ ਮਨ ਆਏ ਕਰਹੋ ਤਿਉ ਕਾਰਾ। ਜਿਵੇਂ ਮਨ ਵਿੱਚ ਆਉਂਦਾ ਉਸ ਤਰ੍ਹਾਂ ਤੁਸੀਂ ਆਪਣਾ ਕਾਰਜ ਕਰੋ। ਹਾਂ ਤੋ ਨਿਜ ਰਾਵਰ ਅਨਸਾਰਾ। ਮੈਂ ਤੇ ਤੁਹਾਡਾ ਅਨਸਾਰੀ ਹਾਂ ਜੀ। ਖੇਲਤ ਜਬੈ ਬਾਲਕਨ ਮਾਹੀ। ਜਦੋਂ ਮੈਂ ਬਾਲਕ ਵੀ ਸਾਂ ਮੈਂ ਤੁਹਾਡੇ ਨਾਲ ਖੇਲਿਆ। ਤਬ ਹੀ ਸੰਗ ਤਜਿਓ ਮੈਂ ਨਾਹੀ। ਤੇ ਮੈਂ ਥੋੜਾ ਸਾਥ ਥੋੜਾ ਕਦੇ ਛੱਡਿਆ ਨਾ ਕਹਿਣਾ ਮੋੜਿਆ। ਜਿਉਂ ਜਿਉਂ ਮੁਝ ਕੋ ਦੇ ਤਰ ਜਾਈ। ਅੱਜ ਤੱਕ ਜੋ ਤੁਸੀਂ ਆਖਿਆ ਮੈਂ ਕੀਤਾ। ਤਿਉ ਤਿਉ ਕਰਹੋ ਸਦਾ ਸੁਖ ਪਾਈ। ਤੇ ਇਹ ਕਰਦਿਆਂ ਮੈਂ ਸੁਖ ਹੀ ਪਾਇਆ ਤੁਹਾਡੀ ਆਗਿਆ ਮੰਨ ਕੇ। ਕਰਨੋ ਚਿਤ ਕਰੀਏ ਗੁਣ ਉਰਮੈ। ਦੇਖੋ ਜੋ ਤੁਹਾਡੇ ਮਨ ਨੂੰ ਠੀਕ ਲੱਗੇ ਤੁਸੀਂ ਕਰ ਲਓ, ਪਰ ਮੈਂ ਡਰਦਾ ਹਾਂ। ਅਸ ਕਹਿ ਮੈਂ ਦੀਨੋ ਧਨ ਕਰਮੈ। ਇਹ ਗੱਲਾਂ ਕਹਿ ਕੇ ਤੇ ਮੈਂ 20 ਰੁਪਈਏ ਜਿਨ੍ਹਾਂ ਦੀ ਅਮਾਨਤ ਸੀ ਉਹ ਬਾਬੇ ਨਾਨਕ ਦੇ ਹੱਥ ਫੜਾਏ। ਕਰਮੈ ਲੈ ਕਰ ਕਿਤ ਜਬ ਤਬਹੀ। ਉਦੋਂ ਮਹਾਰਾਜ ਨੇ ਆਪਣੇ ਹੱਥਾਂ ਚ 20 ਰੁਪਈਏ ਲੈ ਕੇ ਗਏ ਮਹੰਤ ਸੰਤ ਜੈ ਸਭੀ ਤੇ ਗਏ ਸ਼੍ਰੀ ਮਹੰਤ ਜੀ ਦੇ ਕੋਲ। ਕਰ ਬੰਦਨ ਤਿਨਕੇ ਟਿਗ ਬੈਸੇ। ਮੱਥਾ ਟੇਕਿਆ ਔਰ ਨਮਸਕਾਰ ਕੀਤੀ ਔਰ ਫਿਰ ਨਾਲ ਹੀ ਬੈਠ ਗਏ। ਕੁਬਜ ਨਿਕਟ ਰਘੂ ਤਮ ਜੈਸੇ। ਦ੍ਰਿਸ਼ਟਾਂਤ ਦਿੰਦੇ ਕਵੀ ਜੀ ਜਿਵੇਂ ਅਗਸਤ ਮੁਨੀ ਦੇ ਕੋਲ ਰਾਮ ਚੰਦਰ ਜੀ ਬਹਿ ਗਏ। ਸੋ ਸਮਾਂ ਸੀਮਿਤ ਹੈ, ਦੋ ਤਿੰਨ ਚੀਜ਼ਾਂ ਵਿਚਾਰਨ ਵਾਲੀਆਂ ਕਿ ਮਨ ਵਿੱਚ ਕੋਈ ਭਰਮ ਨਾ ਰਹਿ ਜਾਵੇ। ਪਹਿਲੀ ਗੱਲ ਤਾਂ ਇਹ ਹੈ, ਤੁਸੀਂ ਜੋ ਸਾਧੂਆਂ ਬਾਰੇ ਸੁਣਿਆ ਕਿ ਕੋਈ ਪੁੱਠਾ ਲਟਕਿਆ ਅਤੇ ਕੋਈ ਜਲ ਧਾਰਾ ਕੱਢ ਰਿਹਾ ਅਤੇ ਕੋਈ ਧੂਣੀਆਂ ਤਪਾ ਰਿਹਾ, ਭਲਾ ਉਹਨਾਂ ਦਾ ਕਸੂਰ ਆ? ਹਾਲੇ ਕਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ, ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ? ਅੱਜ ਬੜੇ ਇਸ ਤਰ੍ਹਾਂ ਦੇ ਸੁਭਾਅ ਵਾਲੇ ਵੀ ਹੋ ਜਾਂਦੇ ਆ ਉਹਨਾਂ ਨਾਲੇ, ਅਤੇ ਉਹਨਾਂ ਸਾਧੂ ਜਿਹੜੇ ਅੱਜ ਤੋਂ 550 ਸਾਲ ਪਹਿਲਾਂ ਹੋਏ ਉਹਨਾਂ 'ਤੇ ਵੀ ਕੇਸ ਕਰਨਾ, ਨਾਲੇ ਕਵੀ ਜੀ ਬਾਰੇ ਵੀ ਸ਼ਬਦ ਕਬੂਲ ਬੋਲਣੇ ਆ ਕਿ ਕਵੀ ਜੀ ਨੇ ਦੇਖੋ ਕੀ ਲਿਖ ਦਿੱਤਾ। ਜਿਹੜੀ ਚੀਜ਼ ਸੀ ਉਸ ਵੇਲੇ ਗੁਰਮਤਿ ਦਾ ਪਸਾਰਾ ਤਾਂ ਸੀ ਨਹੀਂ। ਜਿਸ ਤਰ੍ਹਾਂ ਵੇਦ ਗ੍ਰੰਥ ਸ਼ਾਸਤਰਾਂ ਨੇ ਪਿਛਲੇ ਯੁੱਗਾਂ ਦੇ ਵਿੱਚ ਤਪ ਸਾਧਨਾ ਲਿਖੀ ਸੀ, ਉਸ ਢੰਗ ਦੇ ਨਾਲ ਸਾਧੂ ਰੱਬ ਦੀ ਪ੍ਰਾਪਤੀ ਕਰਨ ਦਾ ਉਹ ਕੋਸ਼ਿਸ਼ ਕਰ ਰਹੇ ਸੀ, ਯਤਨ ਕਰ ਰਹੇ ਸੀ। ਅਤੇ ਪਰਮੇਸ਼ੁਰ ਪ੍ਰਾਪਤੀ ਕਰਨੀ ਕਿਸੇ ਵੀ ਹਾਲਤ ਵਿੱਚ ਜੁਰਮ ਨਹੀਂ ਹੈ, ਮਾੜੀ ਬਾਤ ਨਹੀਂ ਹੈ। ਜਿੰਨਾ ਗਿਆਨ ਪ੍ਰਾਪਤ ਸੀ, ਜਿੰਨਾ ਉਸ ਵੇਲੇ ਦੀ ਵੇਦ ਵਾਰਤਾ ਸੀ, ਉਸ ਅਨੁਸਾਰ ਉਹ ਪ੍ਰਭੂ ਦਰਸ਼ਨਾਂ ਦੇ ਅਭਿਲਾਖੀ ਸਨ। ਇਸ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਸ਼ਰਧਾ ਦੀ ਪਛਾਣ ਕਰਕੇ ਅਤੇ ਉਹਨਾਂ ਦੇ ਨਾਲ ਪ੍ਰੇਮ ਕਰਦੇ ਆ। ਹੁਣ ਜਿਹੜਾ ਬਚਨ ਤੁਸੀਂ ਸਰਵਣ ਕੀਤਾ ਕਿ ਮਹਾਰਾਜ ਜੀ ਨੇ ਨਮਸਕਾਰ ਕੀਤੀ, ਸਾਧੂਆਂ ਨੂੰ ਵੰਦਨਾ ਕੀਤੀ, ਇਹ ਵੀ ਮਨ ਦੇ ਵਿੱਚ ਕੋਈ ਭਰਮ ਨਾ ਕਰੋ।
ਪਹਿਲੇ ਸਮੇਂ ਦੇ ਵਿੱਚ ਮਹਾਰਾਜ ਜੀ ਨੇ ਪੈਰੀ ਪਵਣਾ ਜਗ ਵਰਤਾਇਆ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸਿੱਖਾਂ ਦੀ ਰੀਤੀ ਸੀ, ਜਦੋਂ ਪਰਸਪਰ ਆਪਸ ਵਿੱਚ ਹੀ ਮਿਲਦੇ ਸੀ ਅਤੇ ਪੈਰੀ ਹੱਥ ਲਾਉਂਦੇ ਸੀ, ਨਮਸਕਾਰ ਵੰਦਨਾ ਕਰਦੇ ਸੀ। ਕਲਗੀਧਰ ਜੀ ਨੇ ਤਬਦੀਲ ਕੀਤੀ ਮਰਿਆਦਾ, ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਇਸ ਕਰਕੇ ਮਨ ਵਿੱਚ ਭਰਮ ਨਹੀਂ ਕਰਨਾ ਕਿ ਮਹਾਰਾਜ ਜੀ ਨੇ ਕਿਸੇ ਦੰਭੀ ਦੇ ਅੱਗੇ ਜਾਂ ਦੇਹਧਾਰੀ ਦੇ ਅੱਗੇ ਮੱਥਾ ਟੇਕਿਆ ਅਤੇ ਗੁਰੂ ਧਾਰਿਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇੱਦਾਂ ਦੇ ਵੀ ਸਾਧ ਸੰਗਤ ਜੀ ਲੋਕ ਹੋਏ ਆ ਜਿਨ੍ਹਾਂ ਨੇ ਆਖਿਆ ਕਿ ਮਹਾਰਾਜ ਜੀ ਨੇ ਸੰਤ ਰੇਣ, ਇਹਦਾ ਨਾਮ ਅੱਗੇ ਆਵੇਗਾ, ਸੰਤ ਰੇਣ ਉਦਾਸੀ ਨੂੰ ਆਪਣਾ ਗੁਰੂ ਧਾਰਿਆ। ਐਸੀ ਕੋਈ ਬਾਤ ਨਹੀਂ, ਮਹਾਰਾਜ ਜੀ ਗੁਰੂ ਅਵਤਾਰ ਹਨ, ਆਪ ਨਾਰਾਇਣ ਕਲਾਧਾਰ, ਇਸ ਜਗ ਮੈਂ ਪਰਵਰਿਓ, ਪਾਰ ਬ੍ਰਹਮ ਗੁਰੂ ਹੈ ਮਹਾਰਾਜ ਜੀ ਦਾ ਅਤੇ ਗੁਰੂ ਪਾਰ ਬ੍ਰਹਮ ਗੁਰੂ ਨਾਨਕ ਸਾਹਿਬ ਜੀ ਹਨ। ਸੋ ਇਹ ਦੋ ਸ਼ੰਕਿਆਂ ਦੀ ਨਿਵਿਰਤੀ ਸੀ। ਮਿਰਦਲ ਮਦਰ ਕਰਨਾ ਸੰਗ ਸਨੀ, ਉਸ ਵੇਲੇ ਬੜੀ ਪ੍ਰੇਮ ਮਿੱਠੀ ਬਾਣੀ ਦੇ ਨਾਲ ਬੋਲੇ ਪਰਮ ਮਨੋਹਰ ਬਾਣੀ, ਮਹਾਰਾਜ ਜੀ ਜਾ ਕੇ ਤੇ ਸ਼੍ਰੀ ਮਹੰਤ ਨੂੰ ਕਹਿਣ ਲੱਗੇ, ਨਗਨ ਅੰਗ ਦਿਨ ਰਹਿਣ ਬਿਤਾਵਤ, ਤੁਸੀਂ ਦਿਨ ਤੇ ਰਾਤ ਨੰਗੇ ਕਿਉਂ ਰਹਿੰਦੇ ਹੋ, ਪਹਿਰਤ ਨਹੀਂ ਕਿ ਹੱਥ ਨਾ ਆਵਤ, ਤੁਸੀਂ ਪਹਿਨਦੇ ਨਹੀਂ ਜੇ ਤੁਹਾਨੂੰ ਹੱਥ ਮਿਲਦਾ ਹੀ ਨਹੀਂ ਕੁਛ, ਇਸ ਰਿਤ ਮਹਿ ਤਨ ਸੀਤ ਸੰਤਾਵਤ, ਇਸ ਰੁੱਤ ਸਾਡੇ ਕੱਪੜਿਆਂ ਪਾਇਆਂ ਵੀ ਸਰਦੀ ਲੱਗਦੀ ਹੈ ਤੇ ਤੁਸਾਂ ਕਿਉਂ ਕੱਪੜੇ ਲਾਏ ਹਨ, ਬਹਰੋ ਵਰਖਾ ਉਸਨ ਤਪਾਵਤ, ਔਰ ਕਦੇ ਬਾਰਿਸ਼ ਤੇ ਜਦੋਂ ਗਰਮੀਆਂ ਆਉਣਗੀਆਂ ਤੇ ਗਰਮੀ ਵੀ ਤੜਫਾਊਗੀ, ਅਚਵੋ ਅਸਨ ਕੇ ਰਹੋ ਅਨਸਨਾ, ਔਰ ਤੁਸੀਂ ਖਾਂਦੇ ਵੀ ਆ ਕੁਛ ਜਾਂ ਹਮੇਸ਼ਾ ਵਰਤ ਹੀ ਰੱਖਦੇ ਹੋ, ਦੇਤ ਖੇਤਨ ਜਿਉਂ ਬਿਸ ਬਸਨਾ, ਔਰ ਤੁਸੀਂ ਸਰੀਰ ਨੂੰ ਇੰਨਾ ਦੁੱਖ ਦਿੰਦੇ ਆ, ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ ਹੈ, ਪ੍ਰਭਾਵਾਨ ਸੁੰਦਰ ਸਰਬੰਗਾ, ਔਰ ਐਡੇ ਸੋਹਣਾ ਸਰੀਰ ਤੁਹਾਡਾ, ਤਖੜੇ ਹੋ ਤੁਸੀਂ ਸ਼੍ਰੀ ਮਹੰਤ ਜੀ, ਭਸਮ ਸੰਗ ਸੋ ਕੀਨ ਕੁਰੰਗਾ, ਤੇ ਆ ਸੇਵਿਆਂ ਦੀ ਸਵਾਹ ਮਲ ਕੇ ਤੇ ਇਹ ਕੁਰੰਗਾ ਆਪਣਾ ਰੰਗ ਕਿਉਂ ਵਿਗਾੜਿਆ ਤੁਸੀਂ, ਸੰਤ ਰੂਪ ਮਤ ਭਲੋ ਉਤੰਗਾ, ਔਰ ਤੁਸੀਂ ਸੰਤ ਰੂਪ ਵਿੱਚ ਹੋ, ਬੜੇ ਸੁੰਦਰ ਤੁਹਾਡੇ ਅੰਗ ਹਨ, ਉੱਤਰ ਦੀਜੈ ਸੰਗ ਉਮੰਗਾ, ਔਰ ਤੁਸੀਂ ਉੱਤਰ ਦੇਵੋ, ਜਵਾਬ ਦਿਓ ਬੜੀ ਖੁਸ਼ੀ ਦੇ ਨਾਲ। ਹੁਣ ਸਾਧ ਸੰਗਤ ਜੀ ਬੁਰਾ ਨਾ ਮਨਾਉਣਾ, ਪਰ ਅਸੀਂ ਸਾਖੀਆਂ ਵਿੱਚ ਸਿੱਖਣਾ ਹੈ, ਸੁਣ ਸਾਖੀ ਜਪ ਮਨ ਪਿਆਰ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹਿਦਾਇਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿ ਜੇ ਸਾਖੀ ਸੁਣਨੀ ਆ ਤਾਂ ਉਹਦੇ ਵਿੱਚੋਂ ਪ੍ਰੇਮ ਦੇ ਨਾਲ ਜਪਣ ਦਾ ਢੰਗ ਸਿੱਖਣਾ। ਹੁਣ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਆਖਦੇ ਆ, ਤੁਸੀਂ ਸਵਾਹ ਮਿਲੀ ਹੈ ਅਤੇ ਸਰੀਰ ਨੂੰ ਤੁਸੀਂ ਖੋਟੇ ਰੰਗ ਦਾ ਕਰ ਲਿਆ, ਜਿਹੋ ਜਿਹਾ ਪਰਮਾਤਮਾ ਨੇ ਦਿੱਤਾ ਅਤੇ ਉਹੋ ਜਿਹਾ ਤੁਸੀਂ ਕਿਉਂ ਨਾ ਛੱਡਿਆ, ਅਤੇ ਹੁਣ ਅਸੀਂ ਸਾਧੂਆਂ 'ਤੇ ਕਰੀ ਜਾਈਏ ਵੀ ਦੇਖੋ ਸਾਧੂਆਂ ਨੂੰ ਮਹਾਰਾਜ ਜੀ ਨੇ ਕਿੰਨਾ ਡਾਂਟਿਆ ਜਾਂ ਵਰਜਿਆ ਅਤੇ ਆਪ ਨਾ ਕੁਛ ਸਿੱਖ ਕੇ ਜਾਈਏ, ਭਲਾ ਸਾਡੀ ਕੀ ਮਜਬੂਰੀ ਆ ਕਿ ਅਸੀਂ ਸਿਰ 'ਤੇ ਅਤੇ ਦਾੜੇ 'ਤੇ ਮਾਈਆਂ ਬੀਬੀਆਂ ਕੇਸ਼ਾਂ 'ਤੇ ਅਤੇ ਸਿੰਘ ਮੂੰਹ 'ਤੇ ਅਸੀਂ ਕਾਲਕ ਰੂਪੀ ਰੰਗ ਕਿਉਂ ਲਾਉਂਦੇ ਹਾਂ, ਅਤੇ ਅਸੀਂ ਫਿਰ ਜਿਹੜੇ ਬੁੱਲ ਆ ਉਹਨਾਂ ਦੇ ਉੱਪਰ ਇਹੋ ਜਿਹਾ ਲਾਲ ਰੰਗ ਜਿਵੇਂ ਡੈਣ ਦਾ ਖੂਨ ਵਾਲਾ ਹੁੰਦਾ ਆ, ਅਸੀਂ ਲਿਪਸਟਿੱਕਾਂ ਲਾਉਂਦੇ ਹਾਂ ਅਤੇ ਮੇਕਅਪ ਲਾਉਂਦੇ ਹਾਂ, ਅਸੀਂ ਵੀ ਤਾਂ ਜੇ ਉਹ ਸਾਧੂਆਂ ਨੇ ਦੁਨੀਆ ਨੂੰ ਭੇਖ ਦਿਖਾਉਣ ਵਾਸਤੇ ਅਤੇ ਸਵਾਹ ਮਿਲੀ ਅਤੇ ਅਸੀਂ ਵੀ ਹਜ਼ੂਰ ਦੀ ਦਿੱਤੀ ਸੁੰਦਰ ਮਨੁੱਖਾ ਦੇਹੀ ਦਾ ਨਿਰਾਦਰ ਕਰਕੇ ਅਤੇ ਇਹਦੇ ਵਿੱਚ ਅਸੀਂ ਤਬਦੀਲੀਆਂ ਕਰਦੇ ਹਾਂ, ਵਿਉਂਤਬੰਦੀਆਂ ਕਰਦੇ ਹਾਂ, ਇਸ ਕਰਕੇ ਭੇਖ ਕੋਈ ਵੀ ਹੋਵੇ, ਬੇਸ਼ੱਕ ਸਾਡੀ ਉਮਰ ਜਿਹੜੀ ਹੈ ਉਹ ਨਾ ਦਿਖਾਉਣ ਵਾਸਤੇ ਭੇਖ ਕੀਤਾ ਜਾਵੇ ਜਾਂ ਭੇਖ ਪ੍ਰਭੂ ਪ੍ਰਾਪਤੀ ਵਾਸਤੇ ਕੀਤਾ ਜਾਵੇ, ਭੇਖ ਕੋਈ ਵੀ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਅਤੇ ਜੇ ਅੱਜ ਅਸੀਂ ਸਾਖੀ ਤੋਂ ਕੁਛ ਸਿੱਖ ਕਰਕੇ ਜਾਣਾ, ਕਿਉਂਕਿ ਸਮੇਂ ਦੀ ਵੀ ਸਮਾਪਤੀ ਹੈ, ਅੱਜ ਇਹ ਅਸੀਂ ਸਿੱਖ ਕਰਕੇ ਜਾਣਾ ਹੈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਪ੍ਰਸ਼ਨ ਕਰਦੇ ਕਿ ਤੁਹਾਡੀ ਮਜਬੂਰੀ ਕੀ ਹੈ ਕਿ ਤੁਸੀਂ ਕੱਪੜੇ ਨਹੀਂ ਪਾਉਂਦੇ, ਤੁਹਾਡੀ ਕੀ ਮਜਬੂਰੀ ਆ ਕਿ ਸਰੀਰ ਨੂੰ ਕੁਰੰਗ ਅਤੇ ਕੁਟੰਗ ਵਾਲਾ ਕੀਤਾ, ਤੁਹਾਡੀ ਕੀ ਮਜਬੂਰੀ ਹੈ ਕਿ ਤੁਸੀਂ ਘਰ ਬਾਰ ਤਿਆਗਿਆ ਹੈ, ਮੈਨੂੰ ਸਾਰਾ ਕੁਛ ਪ੍ਰੇਮ ਦੇ ਨਾਲ ਦੱਸੋ। ਅਸੀਂ ਵੀ ਸੋਚਣਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਣਾ ਸਾਨੂੰ ਵੀ ਹੈ ਕਿ ਸਿੱਖਾ ਤੈਨੂੰ ਅਸੀਂ ਹਦਾਇਤ ਵੀ ਦਿੱਤੀ, ਗੁਰੂ ਕੀ ਰਹਿਤ ਵੀ ਦਿੱਤੀ, ਨਾਲ ਅਸੀਂ ਐਡੀਆਂ ਬਖਸ਼ਿਸ਼ਾਂ ਵੀ ਕੀਤੀਆਂ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਸਿੱਖ ਪਿਆਰਾ ਨਾ ਹੈ ਮਮ ਰਹਿਤ ਪਿਆਰੀ ਆਹੇ, ਅਤੇ ਸਿੱਖਾ ਤੇਰੀਆਂ ਕਿਹੜੀਆਂ ਮਜਬੂਰੀਆਂ ਸੀ।
ਸੋ ਅੱਜ ਵਾਸਤੇ ਇਤਨੀਆਂ ਬੇਨਤੀਆਂ ਅਤੇ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਬੋਲਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ, ਅਣਜਾਣ ਬੱਚੇ ਸਮਝ ਕਰਕੇ ਖਿਮਾ ਕਰਨੀਆਂ। ਅਗਲੇ ਹਫ਼ਤੇ ਫਿਰ ਆਪ ਜੀਆਂ ਦੇ ਦਰਸ਼ਨ ਕਰਾਂਗੇ। ਸਰਬੱਤਰ ਸੰਗਤਾਂ ਦਾ ਬਹੁਤ ਬਹੁਤ ਰੋਮ ਰੋਮ ਕਰਕੇ ਧੰਨਵਾਦੀ ਹਾਂ। ਸਤਿਗੁਰੂ ਸਾਨੂੰ ਬਖਸ਼ਿਸ਼ਾਂ ਕਰਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਆਪਣਾ ਇਹ ਗੁਰਪੁਰਬ 550 ਸਾਲਾ ਪ੍ਰੇਮ ਅਤੇ ਖੁਸ਼ੀ ਦੇ ਨਾਲ, ਉਤਸ਼ਾਹ ਦੇ ਨਾਲ, ਭਗਤੀ ਦੇ ਨਾਲ ਬਤੀਤ ਕਰਵਾਉਣ। ਸੰਗਤਾਂ ਦੀ ਮਾਇਆ ਸਾਰੀ ਸੁਲਤਾਨਪੁਰ ਸਾਹਿਬ ਵਿੱਚ ਚੱਲਦੀਆਂ ਸੇਵਾਵਾਂ ਵਿੱਚ ਲੱਗੇ। ਸਤਿਗੁਰੂ ਜੀ ਬਖਸ਼ਿਸ਼ ਕਰਨ, ਭੁੱਲਾਂ ਗਲਤੀਆਂ ਦੀ ਫਿਰ ਖਿਮਾ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।